ਦੋਸਤੋ ਹਾਜ਼ਰ ਹੈ ਇੱਕ ਹੋਰ ਵੀਡੀਓ ਰਿਪੋਰਟ ਲੈ ਕੇ ਚੈਨਲ ਰਤੇਸ਼ ਲਖੀ ਅਨਪਲੱਗਡ ਉਤੇ ਰਿਪੋਰਟ ਬਹੁਤ ਮਹੱਤਵਪੂਰਨ ਹੈ ਪੂਰੇ ਦਿਨ ਦਾ ਘਟਨਾਕਰਮ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਸਿੱਧੂ ਮੂਸੇਵਾਲਾ ਦੀ ਮੌਤ ਹੋ ਚੁੱਕੀ ਹੈ ਤਾਬੜ ਤੋੜ ਗੋਲੀਆਂ ਉਹਨਾਂ ਦੇ ਉੱਤੇ ਚਲਾਈਆਂ ਜਾਂਦੀਆਂ ਨੇ ਜਿਸ ਵਕਤ ਉਹ ਆਪਣੀ ਬੁਲੇਟ ਪ੍ਰੂਫ ਗੱਡੀ ਤੇ ਆਪਣੇ ਪੰਜਾਬ ਪੁਲਿਸ ਵੱਲੋਂ ਦਿੱਤੇ ਗਏ ਦੋ ਕਮਾਂਡਰਜ਼ ਨੂੰ ਆਪਣੇ ਘਰੇ ਛੱਡ ਕੇ ਆਪਣੇ ਕੁਝ ਹੋਰ ਸਾਥੀਆਂ ਦੇ ਨਾਲ ਇੱਕ ਥਾਰ ਜੀਪ ਦੇ ਵਿੱਚ ਨਿਕਲਦੇ ਨੇ ਇੱਕ ਬਹੁਤ ਹੀ ਵੱਡੀ ਸੁਰੱਖਿਆ ਦੇ ਵਿੱਚ ਚੁੱਕ ਇਸ ਨੂੰ ਮੰਨਿਆ ਜਾ ਰਿਹਾ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ ਹਾਲ ਹੀ ਦੇ ਦਿਨਾਂ ਦੇ ਵਿੱਚ ਕਈ ਵੀ ਵੀਪੀਜ਼ ਦੀ ਸੁਰੱਖਿਆ ਦੇ ਵਿੱਚ ਜਿਹੜੀ ਕਟੌਤੀ ਕੀਤੀ ਗਈ ਉਸ ਵਿੱਚ ਸਿੱਧੂ ਮੂਸੇਵਾਲਾ ਦੇਵੀ 2 ਕਮਾਂਡੋ ਜੋ ਕਿ ਪੰਜਾਬ ਪੁਲਿਸ ਦੇ ਉਸ ਨੂੰ ਮਿਲ ਰੱਖੇ ਸੀ ਉਸ ਨੂੰ ਘਟਾਇਆ ਗਿਆ ਸੀ ਲੇਕਿਨ ਜਿਹੜੇ ਉਹਨਾਂ ਕੋਲ ਦੋ ਕਮਾਂਡੋ ਮੌਜੂਦ ਸੀ ਬੁਲੇਟ ਪ੍ਰੂਫ ਗੱਡੀ ਆਪਣੀ ਉਸ ਨੂੰ ਘਾਰ ਛੱਡ ਕੇ ਉਹ ਆਪਣੇ ਕੁਝ ਸਾਥੀਆਂ ਦੇ ਨਾਲ ਇੱਕ ਥਾਰ ਜੀਪ ਦੇ ਵਿੱਚ ਪਹੁੰਚਦੇ ਨੇ ਸਾਹਮਣੇ ਉਹ ਦੋ ਗੱਡੀਆਂ ਆਂਦੀਆਂ ਨੇ ਤਕਰੀਬਨ ਇੱਕ ਦਰਜਨ ਦੇ ਆਸ-ਪਾਸ ਉਹ ਗੈਂਗਸਟਰ ਜੋ ਕਿ ਗੋਲਡੀ ਬਰਾੜ ਕੈਨੇਡਾ ਬੇਸਟ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਹੋਣਾਂ ਦੀ ਜਿਹੜੀ ਲੀਗ ਦੇ ਵਿੱਚ ਨਾਲ ਇਹਨਾਂ ਦੇ ਤੁਰਦੇ ਹੋਏ ਕੰਮ ਕਰਦਾ ਹੈ ਉਸ ਦੇ ਕੁਝ ਗੁਰਗਿਆਂ ਵੱਲੋਂ ਗੋਲੀਆਂ ਮਾਰ ਕੇ ਸਿੱਧੂ ਮੂਸੇਵਾਲੇ ਨੂੰ ਮਾਰਤਾ ਗਿਆ ਪੰਜਾਬ ਪੁਲਿਸ ਦੇ ਡੀਜੀਪੀ ਵੀਕੇ ਪਾਵਰਾ ਹੋਣਾ ਵੱਲੋਂ ਜਿਹੜੀ ਪ੍ਰੈਸ ਕਾਨਫਰੰਸ ਇੱਕ ਆਪਾਤਕਾਲ ਦੇ ਵਿੱਚ ਸੱਦੀ ਗਈ ਹੈ ਉਸ ਵਿੱਚ ਇੱਕ ਵਨ ਲਾਈਨਰ ਜਾਣਕਾਰੀ ਦਿੱਤੀ ਗਈ ਤੇ ਦੱਸਿਆ ਗਿਆ ਕਿ ਤਿੰਨ ਅਲੱਗ-ਅਲੱਗ ਬੰਦੂਕਾਂ ਜਾਂ ਪਿਸਤੌਲਾਂ ਦੇ ਜਿਹੜੇ ਬੋਰ ਦੇ ਐਮਪਟੀਜ਼ ਮੌਕੇ ਵਾਰਦਾਤ ਤੋਂ ਮਿਲੇ ਤਕਰੀਬਨ 30 ਦੇ ਆਸ-ਪਾਸ ਰਾਉਂਡ ਫਾਇਰ ਹੋਏ ਸਿੱਧੂ ਮੂਸੇਵਾਲੇ ਨੂੰ ਸਿੱਧੇ ਗੋਲੀਆਂ ਮਾਰੀਆਂ ਗਈਆਂ ਆਪਣੇ ਹਥਿਆਰਾਂ ਨੂੰ ਕੱਢਣ ਦਾ ਉਸ ਨੂੰ ਮੌਕਾ ਨਹੀਂ ਮਿਲਿਆ ਤੇ ਉਸ ਦੀ ਮੌਤ ਹੋ ਗਈ ਸਮੂਹ ਦੁਨੀਆ ਦੇ ਵਿੱਚ ਵਸਦੇ ਪੰਜਾਬੀ ਤੇ ਸੰਗੀਤ ਤੇ ਗਾਇਕੀ ਦੇ ਨਾਲ ਜੁੜੇ ਹੋਏ ਲੋਕਾਂ ਲਈ ਇਹ ਇੱਕ ਅਜੀਹਾ ਕਾਟਾ ਹੈ ਜੋ ਕਿ ਆਉਣ ਵਾਲੇ ਕਈ ਸਾਲਾਂ ਤੇ ਦਹਾਕਿਆਂ ਦੇ ਵਿੱਚ ਪੂਰਾ ਨਹੀਂ ਹੋ ਪਾਣਾ ਬੇਸ਼ੱਕ ਸਿੱਧੂ ਮੂਸੇਵਾਲਾ ਕਈ ਕਿਸਮ ਦੇ ਵਿਵਾਦਾਂ ਵਿੱਚ ਰਹੇ ਲੇਕਿਨ ਜੇ ਆਪਾਂ ਗੱਲ ਉਹਨਾਂ ਦੀ ਗਾਇਕੀ ਦੇ ਵਿੱਚ ਕਰੀਏ ਖਾਸ ਕਰਕੇ ਸਮਾਜਿਕ ਸਰੋਕਾਰਾਂ ਨੂੰ ਜੋੜ ਕੇ ਜਿਹੜੇ ਉਹਨਾਂ ਨੇ ਕੁਝ ਅਜੀਹੇ ਗੀਤ ਗਾਏ ਜੋ ਕਿ ਦੁਨੀਆ ਭਰ ਦੇ ਵਿੱਚ ਚੱਲੇ ਤੇ ਲੋਕ ਉਹਨਾਂ ਦੇ ਫੈਨ ਬਣੇ ਕਾਂਗਰਸ ਪਾਰਟੀ ਨੇ ਉਹਨਾਂ ਦੀ ਫੈਨ ਫਾਲੋਇੰਗ ਨੂੰ ਦੇਖਦੇ ਹੋਏ ਮਾਨਸੇ ਤੋਂ ਟਿਕਟ ਦਿੱਤੀ ਚੋਣੋਂ ਬੇਸ਼ੱਕ ਹਾਰ ਗਏ ਲੇਕਿਨ ਮਾਨਸੇ ਦੇ ਜਿਹੜੇ ਮੰਤਰੀ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਫਸਣ ਤੋਂ ਬਾਅਦ ਸਿੱਧੂ ਮੂਸੇਵਾਲਾ ਇੱਕ ਵਾਰ ਫਿਰ ਇਹ ਯਾਸ ਕਰ ਰਹੇ ਸੀ ਕਿ ਬਾਈਲੈਕਸ਼ਨ ਜਦੋਂ ਵੀ ਮਾਨਸੇ ਦਾ ਹੁੰਦਾ ਹੈ ਇੱਕ ਦੁਬਾਰਾ ਉਹਨਾਂ ਦਾ ਦਾਅ ਲਾ ਸਕਦਾ ਹੈ ਲੇਕਿਨ ਸੁਰੱਖਿਆ ਦੀ ਵਾਪਸੀ ਨੂੰ ਲੈ ਕੇ ਮੈਂ ਕੱਲ ਹੀ ਇੱਕ ਰਿਪੋਰਟ ਬਣਾਈ ਹੈ ਸਰਕਾਰ ਵੱਲੋਂ ਸੂਚੀਆਂ ਕਿਵੇਂ ਨਸ਼ਰ ਕੀਤੀਆਂ ਗਈਆਂ ਜਾਂ ਉਹਨਾਂ ਨੇ ਇਹ ਕੌਨਫਿਡੈਂਸ਼ੀਅਲ ਸੂਚਨਾ ਨੂੰ ਕਿਉਂ ਜਨਤਕ ਕੀਤਾ ਇਸ ਉੱਤੇ ਕਈ ਕਿਸਮ ਦੇ ਸਵਾਲ ਸੀ ਲੇਕਿਨ ਇਹ ਜਿਹੜੀ ਘਟਨਾ ਹੋਈ ਹੈ ਇਸ ਨੂੰ ਅੱਜ ਦੀ ਆਪਾਂ ਇਸ ਰਿਪੋਰਟ ਦੇ ਵਿੱਚ ਉਸ ਲਾਰਜਰ ਸਿਕਿਉਰਿਟੀ ਦੇ ਇਸ਼ੂ ਦੇ ਨਾਲ ਡੀਲ ਨਹੀਂ ਕਰਾਂਗੇ ਕਿਉਂਕਿ ਜਿਹੜੇ ਕੁਝ ਫੈਕਟਸ ਆ ਰਹੇ ਨੇ ਇਮਰਜ ਹੋ ਰਹੇ ਨੇ ਪੰਜਾਬ ਪੁਲਿਸ ਦਾ ਜਿਹੜਾ ਬਿਆਨ ਹੈ ਕਿ ਸਿੱਧੂ ਮੂਸੇਵਾਲਾ ਵੱਲੋਂ ਆਪਣੀ ਸੁਰੱਖਿਆ ਦੇ ਵਿੱਚ ਖੁਦ ਇੱਕ ਕੁਤਾਹੀ ਕੀਤੀ ਗਈ ਜੋ ਕਿ ਆਪਣੇ ਕਮਾਂਡੋਸ ਤੇ ਆਪਣੀ ਗੱਡੀ ਨੂੰ ਕਾਰ ਛੱਡ ਕੇ ਬਿਨਾਂ ਸਿਕਿਉਰਿਟੀ ਦੇ ਆਪਣੇ ਕੁਝ ਸਾਥੀਆਂ ਦੇ ਨਾਲ ਉਹ ਗਏ ਵੱਡਾ ਸਵਾਲ ਇਹ ਹੈ ਕਿ ਟਿਪ ਆਫ ਕਿਸ ਨੇ ਦਿੱਤੀ ਅੱਜ ਦੀ ਇਸ ਰਿਪੋਰਟ ਦੇ ਵਿੱਚ ਮੈਂ ਤੁਹਾਡੇ ਨਾਲ ਉਹ ਜਾਣਕਾਰੀ ਸਾਂਝੀ ਕਰਾਂਗਾ ਜੋ ਕਿ ਅੱਜ ਸ਼ਾਮ ਯਾਨੀ ਕਿ ਜਿਸ ਸਮੇਂ ਸਿੱਧੂ ਮੂਸੇਵਾਲਾ ਨੂੰ ਗੋਲੀਆਂ ਮਾਰੀਆਂ ਜਾਂਦੀਆਂ ਨੇ ਉਸ ਤੋਂ ਕੁਝ ਘੰਟੇ ਬਾਅਦ ਮੈਨੂੰ ਯਾਨੀ ਕਿ ਰਿਤੇਸ਼ ਲੱਖੀ ਨੂੰ ਇੱਕ ਕੈਨੇਡਾ ਤੋਂ ਕਾਲ ਆਂਦਾ ਹੈ ਹੈ ਲੋਕੇਸ਼ਨ ਮੈਂ ਨਹੀਂ ਆਇਡੈਂਟੀਫਾਈ ਕਰ ਸਕਦਾ ਕੈਨੇਡਾ ਸੀ ਜਾਂ ਕੋਈ ਹੋਰ ਮੁਲਕ ਸੀ ਲੇਕਿਨ ਇੱਕ ਵਿਦੇਸ਼ ਦੇ ਨੰਬਰ ਤੋਂ ਕਾਲ ਆਂਦਾ ਹੈ ਤੇ ਮੇਰੇ ਨਾਲ ਗੱਲ ਕੀਤੀ 골ਡੀ ਬਰਾੜ ਨੇ ਉਹ 골ਡੀ ਬਰਾੜ ਜੋ ਕਿ ਲਾਰੈਂਸ ਬਿਸ਼ਨੋਈ ਗੈਂਗ ਦਾ ਕਰਤਾ ਧਰਤਾ ਮੰਨਿਆ ਜਾਂਦਾ ਤੇ ਇਹ ਕਿਹਾ ਜਾਂਦਾ ਕਿ ਕੈਨੇਡਾ ਤੋਂ ਬੈਠ ਕੇ ਉਹ ਲਾਰੈਂਸ ਬਿਸ਼ਨੋਈ ਕਾਲਾ ਜਠੇੜੀ ਜਾਂ ਫਿਰ ਕਈ ਹੋਰ ਅਜਿਹੇ ਗੈਂਗਸਟਰ ਜੋ ਕਿ ਦਿੱਲੀ ਜਾਂ ਦੇਸ਼ ਦੇ ਕਈ ਹੋਰ ਜੇਲ੍ਹਾਂ ਵਿੱਚ ਬੰਦ ਨੇ ਉਹਨਾਂ ਦਾ ਉਹਨਾਂ ਦੇ ਆਪਰੇਸ਼ਨਸ ਨੂੰ ਰਨ ਕਰਦਾ ਹੈ ਜਿੱਦਾਂ ਵੀ ਸ਼ੂਟਰ ਪੰਜਾਬ ਦੇ ਵਿੱਚ ਮੈਦਾਨ ਦੇ ਵਿੱਚ ਹੁੰਦੇ ਨੇ ਉਹਨਾਂ ਨੂੰ ਇਹੀ ਗੋਲਡੀ ਬਰਾੜ ਸੰਚਾਲਿਤ ਕਰਦਾ ਹੈ ਇਹ ਗੋਲਡੀ ਬਰਾੜ ਉਹ ਗੈਂਗਸਟਰ ਹੈ ਜਿਸਦੇ ਬਾਰੇ ਤੁਸੀਂ ਜਿਆਦਾ ਜਾਣਕਾਰੀ ਨਹੀਂ ਤੁਹਾਡੇ ਕੋਲ ਹੋਏਗੀ ਨਾ ਹੀ ਤੁਸੀਂ ਇਸਦੇ ਨਾਮ ਨੂੰ ਜਿਆਦਾ ਚਰਚਾਵਾਂ ਦੇ ਵਿੱਚ ਸੁਣਾ ਹੋਏਗਾ ਲੇਕਿਨ ਜੋ ਲੋਕ ਵੀ ਰਿਤੇਸ਼ ਲਖੀ ਅਨਪਲੱਗਡ ਦੀ ਅਲੱਗ-ਅਲੱਗ ਰਿਪੋਰਟਾਂ ਵੇਖਦੇ ਰਹੇ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਅੱਜ ਮੈਂ ਕਿਸ ਗੋਲਡੀ ਬਰਾੜ ਦੀ ਗੱਲ ਕਰਦਾ ਪਿਆ ਹੈ ਤੇ ਅੱਜ ਆਪਾਂ ਗੋਲਡੀ ਬਰਾੜ ਦੀ ਭੂਮਿਕਾ ਦੇ ਉੱਤੇ ਗੱਲ ਕਰਾਂਗੇ ਲੇਕਿਨ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਗੋਲਡੀ ਬਰਾੜ ਨੇ ਜੋ ਮੇਰੇ ਨਾਲ ਫੋਨ ਦੇ ਉੱਤੇ ਗੱਲਬਾਤ ਕੀਤੀ ਉਸ ਦੇ ਵਿੱਚ ਉਸ ਨੇ ਕੀ-ਕੀ ਗੱਲ ਕਬੂਲੀ ਹੈ ਇਸ ਨੂੰ ਮੈਂ ਆਪਣੇ ਟਵਿੱਟਰ ਦੇ ਜ਼ਰੀਏ ਜਨਤਾ ਕੀਤਾ 7:37 ਤੇ ਕਿ ਗੋਲਡੀ ਬਰਾੜ ਜੋ ਕਿ ਇੱਕ ਕੈਨੇਡਾ ਬੇਸਡ ਗੈਂਗਸਟਰ ਹੈ ਉਸਨੇ ਸਿੱਧੂ ਮੂਸੇਵਾਲਾ ਦੀ ਹੱਤਿਆ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਲਈ ਹੈ ਲੇਕਿਨ ਇਸ ਦੇ ਕਾਰਨ ਦਾ ਖੁਲਾਸਾ ਮੈਂ ਇਸ ਰਿਪੋਰਟ ਦੇ ਵਿੱਚ ਅੱਜ ਕਰਾਂਗਾ ਗੋਲਡੀ ਬਰਾੜ ਨੇ ਦਾਅਵਾ ਕੀਤਾ ਹੈ ਕਿ ਸਿੱਧੂ ਮੂਸੇਵਾਲਾ ਦੀ ਭੂਮਿਕਾ ਸੀ ਵਿੱਕੀ ਮਿੱਡੂ ਖੇੜਾ ਜਿਸ ਨੂੰ ਕਿ ਅਗਸਤ 7 2021 ਨੂੰ ਮਾਰਿਆ ਗਿਆ ਸੀਗਾ ਉਸ ਦੇ ਹੱਤਿਆ ਕਾਂਡ ਦੇ ਵਿੱਚ ਤੇ ਸਿੱਧੂ ਮੂਸੇਵਾਲਾ ਦਾ ਜਿਹੜਾ ਮੈਨੇਜਰ ਜਿਸ ਦਾ ਨਾਂ ਸ਼ਗਨਪ੍ਰੀਤ ਸਿੰਘ ਦੱਸਿਆ ਜਾਂਦਾ ਤੇ ਇਸ ਚੀਜ਼ ਦੀ ਤਸਦੀਕ ਪੰਜਾਬ ਪੁਲਿਸ ਦੀ ਐਕਸਪ੍ਰੈਸ ਕਾਨਫਰੰਸ ਦੇ ਵਿੱਚ ਵੀ ਹੋ ਗਈ ਹੈ ਡੀਜੀਪੀ ਵੀ ਕੇ ਪਾਪਰਾ ਨੇ ਵੀ ਕੀਤੀ ਹੈ ਕਿ ਇਸ ਪੂਰੀ ਦੀ ਪੂਰੀ ਵਾਰਦਾਤ ਨੂੰ ਯਾਨੀ ਕਿ ਸਿੱਧੂ ਮੂਸੇਵਾਲਾ ਉੱਤੇ ਚਲਾਈਆਂ ਗਈਆਂ ਗੋਲੀਆਂ ਤੇ ਉਸ ਦੀ ਹਤਿਆ ਨੂੰ ਉਸੇ ਵਿੱਕੀ ਮਿੱਡੂ ਖੇਡਾ ਦੀ ਹਤਿਆ ਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ 골ਡੀ ਬਰਾਡ ਦਾ ਇਹ ਦਾਵਾ ਹੈ ਕਿ ਸ਼ਗਨਪ੍ਰੀਤ ਜਿਹੜਾ ਹੈ ਯਾਨੀ ਕਿ ਸਿੱਧੂ ਮੂਸੇਵਾਲਾ ਦਾ ਮੈਨੇਜਰ ਸੀਓ ਦੁਬਈ ਤੋਂ ਵਾਪਸ ਆ ਰਿਹਾ ਸੀ ਉਸ ਦਾ ਨਾਂ ਜਿਹੜਾ ਹੈ ਦਿੱਲੀ ਪੁਲਿਸ ਦੀ ਸਪੈਸ਼ਲ ਬ੍ਰਾਂਚ ਜਿਸਨੇ ਜਦੋਂ तकरीबन 1 ਦਰਜਨ ਗੈਂਗਸਟਰਾਂ ਨੂੰ ਫੜਿਆ ਸੀ ਸੰਦੀਪ ਨੰਗਲੰਬੀਆਂ ਦੀ ਹਤਿਆ ਤੋਂ ਬਾਅਦ ਜਦੋਂ ਗੈਂਗਸਟਰਾਂ ਦੀ ਪਾਲ ਸ਼ੁਰੂ ਹੋਈ ਇੱਕ ਮੁਸ਼ਤ ਆਪਰੇਸ਼ਨ ਦਿੱਲੀ ਪੁਲਿਸ ਦਾ ਸਪੈਸ਼ਲ ਆਪਰੇਸ਼ਨ ਦਾ ਚੱਲਿਆ ਜਿਸ ਵਿੱਚ ਕੀ 12 ਗੈਂਗਸਟਰ ਅਲੱਗ-ਅਲੱਗ ਤਾਹਾਂ ਤੋਂ ਫੜੇ ਗਏ ਵਿੱਕੀ ਮਿੱਡੂ ਖੇੜਾ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਸ਼ੂਟਰ ਇਹਨਾਂ ਦੇ ਵਿੱਚ ਸ਼ਾਮਿਲ ਸਨ ਮੈਂ ਉਹ ਰਿਪੋਰਟ ਤੁਹਾਡੇ ਸਾਹਮਣੇ ਜਨਤਕ ਕਰ ਚੁੱਕਾ ਹਾਂ ਤੁਸੀਂ ਮੇਰੀ ਪੁਰਾਣੀ ਵੀਡੀਓਜ਼ ਵਿੱਚ ਦੇਖ ਲਓ ਮੈਂ ਉਸ ਦੀ ਜ਼ਿਆਦਾ ਡਿਟੇਲਸ ਵਿੱਚ ਨਹੀਂ ਜਾਵਾਂਗਾ ਦਿੱਲੀ ਪੁਲਿਸ ਦੀ ਪੁੱਛਗਿੱਛ ਦੇ ਵਿੱਚ ਉਸ ਮੈਨੇਜਰ ਜੋ ਕਿ ਸਿੱਧੂ ਮੂਸੇਵਾਲਾ ਦਾ ਮੈਨੇਜਰ ਸੀ ਜਿਸ ਦਾ ਨਾਂ ਸੀ ਸ਼ਗਨਪ੍ਰੀਤ ਉਸ ਦੀ ਭੂਮਿਕਾ ਆਈ ਸੀ ਉਸ ਨੇ ਰੈਕੀ ਕਰਾਈ ਸੀ ਵਿੱਕੀ ਮਿੱਡੂ ਖੇੜਾ ਦੇ 7 ਅਗਸਤ 202 ਗੈਂਗਸਟਰਾਂ ਨੂੰ ਫੇਰਦਾ ਉਹਨਾਂ ਦਾ ਪ੍ਰਬੰਧ ਕੀਤਾ ਸੀ ਤੇ ਖੁਦ ਵੀ ਉਸ ਰਾਇਕੀ ਦੇ ਵਿੱਚ ਸ਼ਾਮਲ ਸੀ ਉਸ ਵਾਰਦਾਤ ਤੋਂ ਬਾਅਦ ਸ਼ਗਨਪ੍ਰੀਤ ਦੁਬਈ ਚਲਾ ਜਾਂਦਾ ਤੇ ਦੁਬਈ ਤੋਂ ਉਹ ਵਾਪਸ ਭਾਰਤ ਵਿੱਚ ਪਰਤਦਾ ਹੈ ਲੇਕਿਨ ਭਾਰਤ ਵਿੱਚ ਪਰਤਣ ਤੋਂ ਪਹਿਲਾਂ ਹੀ ਜਾਂ ਉਸ ਦੇ ਪਰਤਦਿਆਂ ਸਾਰ ਹੀ ਉਸ ਨੂੰ ਇਹ ਜਾਣਕਾਰੀ ਦਿੱਤੀ ਗਈ ਕਿ ਦਿੱਲੀ ਪੁਲਿਸ ਦੀ ਸਪੈਸ਼ਲ ਆਪਰੇਸ਼ਨ ਨੇ ਜਿਹੜਾ ਆਪਰੇਸ਼ਨ ਕਰਕੇ ਗੈਂਗਸਟਰ ਫੜੇ ਨੇ ਉਸ ਦੇ ਵਿੱਚ ਉਸ ਦਾ ਨਾਂ ਸਾਹਮਣੇ ਆ ਚੁੱਕਾ ਹੈ ਰੈਕੀ ਦੇ ਵਿੱਚ ਨਾਂ ਆ ਚੁੱਕਾ ਹੈ ਤੇ ਉਸ ਦਾ ਜਿਹੜਾ ਲਿੰਕ ਸੀ ਸਿੱਧੂ ਮੂਸੇਵਾਲਾ ਹੋਣਾ ਦੇ ਨਾਲ ਡਾਇਰੈਕਟਲੀ ਸੀ ਮੇਰੇ ਨਾਲ ਹੋਈ ਗੱਲਬਾਤ ਦੇ ਵਿੱਚ ਗੋਲਡੀ ਬਰਾੜ ਨੇ ਦਾਵਾ ਕੀਤਾ ਹੈ ਕਿ ਸ਼ਗਨਪ੍ਰੀਤ ਨੂੰ ਜਿਹੜੀ ਟਿਪ ਆਫ ਹੈ ਅਸਰ ਰਸੂਕਦਾਰ ਹੋਣ ਦੇ ਕਾਰਨ ਕੁਝ ਅਜਿਹੇ ਹਲਕਿਆਂ ਤੋਂ ਮਿਲੀ ਸੀ ਜੋ ਕਿ ਸਿੱਧੂ ਮੂਸੇਵਾਲਾ ਦੇ ਨਾਲ ਕਨੈਕਟਿਡ ਸੀ ਇਹੀ ਕਾਰਨ ਸੀ ਕਿ ਸ਼ਗਨਪ੍ਰੀਤ ਸਮੇਂ ਰਹਿੰਦੇ ਹੀ ਆਸਟ੍ਰੇਲੀਆ ਨਿਕਲਣ ਦੇ ਵਿੱਚ ਕਾਮਯਾਬ ਹੋ ਗਿਆ ਤੇ ਅੱਜ ਤੱਕ ਉਹ ਆਸਟ੍ਰੇਲੀਆ ਵਿੱਕੀ ਮਿੱਡੂ ਖੇਡਾ ਦੇ ਸ਼ੂਟਰਾਂ ਉਸ ਦੀ ਹੱਤਿਆਕਾਂਡ ਦੇ ਵਿੱਚ ਵਰਤੇ ਗਏ ਜਿਹੜੇ ਗੁਰਗੇ ਸਨ ਉਹਨਾਂ ਨੂੰ ਠਹਿਰਦਾ ਉਹਨਾਂ ਨੂੰ ਰੈਕੀ ਕਰਾਣ ਦਾ ਜਿਹੜਾ ਕੰਮਕਾਜ ਸੀ ਇਸ ਦਾ ਖਰਚਾ ਸ਼ਗਨਪ੍ਰੀਤ ਉੱਤੇ ਸੀ ਤੇ ਸ਼ਗਨਪ੍ਰੀਤ ਸਿੱਧੂ ਮੂਸੇਵਾਲੇ ਦੇ ਨਾਲ ਅਟੈਚ ਸੀ ਕਨੈਕਟਿਡ ਸੀ ਇਹੀ ਕਾਰਨ ਸੀ ਜਿਸ ਕਰਕੇ ਸਿੱਧੂ ਮੂਸੇਵਾਲਾ ਨੂੰ ਟਾਰਗੇਟ ਕੀਤਾ ਗਿਆ ਲੇਕਿਨ ਜੇ ਆਪਾਂ ਸਿਰਫ ਇਹ ਸਮਝਦੇ ਆਂ ਜਾਂ ਕੁਝ ਲੋਕ ਇਹ ਮੰਨਣ ਦੀ ਕੋਸ਼ਿਸ਼ ਕਰ ਰਹੇ ਨੇ ਜਿਵੇਂ ਕਿ ਸੋਸ਼ਲ ਮੀਡੀਆ ਦੇ ਉੱਤੇ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਜਿਹੜੀ ਇੱਕ ਪੋਸਟ ਪਾਈ ਗਈ ਹੈ ਜਿਸ ਵਿੱਚ ਉਹਨਾਂ ਨੇ ਇਸ ਜ਼ਿੰਮੇਵਾਰੀ ਕਬੂਲੀ ਹੈ ਮੇਰੇ ਨਾਲ ਜਾਣਕਾਰੀ ਦੇ ਵਿੱਚ ਗੋਲਡੀ ਬਰਾੜ ਨੇ ਜ਼ਿੰਮੇਵਾਰੀ ਕਮੂਲੀ ਹੈ ਤੇ ਗੋਲਡੀ ਬਰਾੜ ਹੀ ਅਜਿਹਾ ਇਕਲੌਤਾ ਸਰਗਨਾ ਹੈ ਇਸ ਪੂਰੇ ਦੇ ਪੂਰੇ ਕ੍ਰਾਈਮ ਦੇ ਆ ਗੈਂਗਸਟਰਾਂ ਦੇ ਨੈਟਵਰਕਸ ਦਾ ਜੋ ਕਿ ਇਸ ਵਕਤ ਕੈਨੇਡਾ ਦੇ ਵਿੱਚ ਆਜ਼ਾਦ ਹੈ ਤੇ ਇਹਨਾਂ ਸਾਰੇ ਦੇ ਸਾਰੇ ਜਿਹੜੇ ਮੋਡਿਊਲਸ ਨੇ ਗੈਂਗਸਟਰਾਂ ਦੇ ਉਹਨਾਂ ਨੂੰ ਆਪਰੇਟ ਕਰ ਰਿਹਾ ਚਲਾ ਰਿਹਾ ਸੋ ਉਸ ਵੱਲੋਂ ਜਿਹੜੀ ਵੀ ਜਾਣਕਾਰੀ ਮੇਰੇ ਨਾਲ ਸਾਂਝੀ ਕੀਤੀ ਗਈ ਹੈ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਇਸ ਆਧਾਰ ਉੱਤੇ ਕਿ ਇਹ ਜਾਣਕਾਰੀ ਉਸ ਦੇ ਵੱਲੋਂ ਆਈ ਹੈ ਹਾਲਾਂਕਿ ਜਿੰਨੀ ਵੀ ਜਾਣਕਾਰੀ ਜੋ ਵੀ ਮੈਂ ਤੁਹਾਨੂੰ ਦੱਸਾਂਗਾ ਉਹ ਸਾਰੀ ਚੀਜ਼ਾਂ ਗੱਲਾਂ ਬਾਤਾਂ ਪੁਲਿਸ ਦੀ ਆਪਣੀ ਤਫ਼ਤੀਸ਼ ਦਾ ਹਿੱਸਾ ਨੇ ਤੇ ਪੁਲਿਸ ਇਸ ਦੀ ਜ਼ਿਆਦਾ ਬਿਹਤਰ ਪੜਤਾਲ ਕਰ ਸਕਦੀ ਹੈ ਇਸ ਚੀਜ਼ ਨੂੰ ਅੱਗੇ ਕੋਰੋਬੋਰੇਟ ਕਰਨਾ ਪਏਗਾ ਤੇ ਵੈਰੀਫਾਈ ਕਰਨਾ ਪਏਗਾ ਲੇਕਿਨ ਜੇ ਆਪਾਂ ਸਾਰੇ ਮੰਨਦੇ ਹਾਂ ਕਿ ਸਿਰਫ ਵਿੱਕੀ ਮੀਡੂ ਖੇੜਾ ਦੀ ਮੌਤ ਜਾਂ ਉਸ ਦੀ ਹੱਤਿਆ ਤੋਂ ਬਾਅਦ ਇਹ ਰਿਐਕਸ਼ਨ ਹੋਇਆ ਅਜੇ ਹਾਂ ਨਹੀਂ ਹੈ ਇਸ ਤੋਂ ਪਹਿਲਾਂ ਇੱਕ ਬਹੁਤ ਲੰਬੀ ਚੌੜੀ ਗੈਂਗਵਾਰ ਚੱਲਦੀ ਆ ਰਹੀ ਹੈ ਜਿਸ ਵਿੱਚ ਕਿ ਇੱਕ ਪਾਸੇ ਦਵਿੰਦਰ ਬੰਬੀਹਾ ਦਾ ਗੈਂਗ ਹੈ ਸੁਖਪ੍ਰੀਤ ਬੁੱਢਾ ਵਰਗੇ ਗੈਂਗਸਟਰਸ ਦੇ ਨਾਲ ਹੈਗੇ ਨੇ اسی ਗੈਂਗ ਦੇ ਵਿੱਚ ਦਿਲਪ੍ਰੀਤ ਬਾਬਾ ਆ ਜਾਂਦਾ ਹੈ ਤੇ ਕਿਤੇ ਨਾ ਕਿਤੇ ਕੋਈ ਨਾ ਕੋਈ ਕੜੀ ਇਹਨਾਂ ਦੀ ਰਿੰਦੇ ਸੰਤੂ ਨਾਲ ਵੀ ਜੁੜਦੀ ਹੈ ਲੇਕਿਨ ਇਹਨਾਂ ਦਾ ਜਿਹੜਾ ਵਿਰੋਧੀ ਗੈਂਗ ਹੈ ਉਹ ਬੇਸਿਕਲੀ ਲਾਰੈਂਸ ਬਿਸ਼ਨੋਈ ਦਾ ਗੈਂਗ ਹੈ ਜਿਸ ਦੀ ਲੀਗ ਦੇ ਵਿੱਚ ਜੱਗੂ ਭਗਵਾਨਪੁਰੀਏ ਤੇ ਕਈ ਹੋਰ ਅਜਿਹੇ ਗੈਂਗਸਟਰ ਹੈਗੇ ਨੇ ਜੋ ਕਿ ਦਿੱਲੀ ਐਨਸੀਆਰ ਦੇ ਇਲਾਕਿਆਂ ਦੇ ਨਾਲ ਤਾਲੁਕ ਰੱਖਦੇ ਨੇ ਹੁਣ ਇਹਨਾਂ ਗੈਂਗਸ ਦੇ ਵਿੱਚ ਆਪਸ ਦੀ ਗੈਂਗਵਾਰ ਚੱਲਦੀ ਪਈ ਹੈ ਤੇ ਅੱਜ ਤੋਂ ਠੀਕ ਸ਼ਾਇਦ 2 ਸਵਾ 2 ਜਾਂ 2.5 ਮਹੀਨੇ ਪਹਿਲਾਂ ਮੈਂ ਇੱਕ ਰਿਪੋਰਟ ਨਸ਼ਰ ਕੀਤੀ ਸੀ ਕਿ ਇਸ ਗੈਂਗਵਾਰ ਦੇ ਵਿੱਚ ਜ਼ਿਆਦਾਤਰ ਸੌਫਟ ਟਾਰਗੇਟ ਹੀ ਨਿਸ਼ਾਨੇ ਉੱਤੇ ਆ ਰਹੇ ਨੇ ਜੇ ਸਿੱਧੂ ਮੂਸੇਵਾਲਾ ਦੀ ਅੱਜ ਦੀ ਸੱਤਿਆ ਦੀ ਗੱਲ ਕਰ ਰਹੀਏ ਤਾਂ ਸਭ ਤੋਂ ਮਜ਼ਬੂਤ ਤੇ ਵੈਲ ਪ੍ਰੋਟੈਕਟਿਡ ਜਿਹੜਾ ਟਾਰਗੇਟ ਸੀ ਅੱਜ ਇਹਨਾਂ ਦੇ ਵਿੱਚੋਂ ਇੱਕ ਗੈਂਗ ਦੇ ਨਿਸ਼ਾਨੇ ਉੱਤੇ ਆਇਆ ਸੋ 골ਡੀ ਬਰਾਡ ਨੇ ਇਸ ਚੀਜ਼ ਨੂੰ ਕਬੂਲਿਆ ਹੈ ਕਿ ਸਿੱਧੂ ਮੂਸੇਵਾਲਾ ਨੂੰ ਅਲੱਗ-ਅਲੱਗ ਬੋਰ ਦੇ ਹਥਿਆਰਾਂ ਨਾਲ ਉਹਨਾਂ ਨੇ ਮਰਵਾਇਆ ਹਾਲਾਂਕਿ ਐਸਸੀਡੀ ਮੈਂ ਤਸਦੀਕ ਨਹੀਂ ਕਰ ਸਕਦਾ ਲੇਕਿਨ ਗੋਲਡੀ ਬਰਾੜ ਨੇ ਜਾਣਕਾਰੀ ਦਿੱਤੀ ਕਿ ਸਿੱਧੂ ਮੂਸੇਵਾਲਾ ਦੀ ਮੌਤ ਦੇ ਵਿੱਚ ਜਿਹੜੀਆਂ ਜਿਹੜੇ ਵੈਪਨਸ ਵਰਤੇ ਗਏ ਉਹਨਾਂ ਦੇ ਵਿੱਚ ਇੱਕ AK47 ਇੱਕ 45 ਬੋਰ ਦਾ ਇੱਕ ਵੈਪਨ ਸੀ ਤੇ ਕੁਝ ਸ਼ਾਇਦ ਹੋਰ ਵੀ ਵੈਪਨ ਸੀ ਇਸ ਦਾ ਲੌਜੀਕ ਉਸਤੇ ਇਹ ਦੇਆ ਕਿ ਸਿੱਧੂ ਮੂਸੇਵਾਲਾ ਅਕਸਰ AK47 ਦੀ ਤੇ 45 ਬੋਰ ਦੀ ਜਿਹੜੀ ਪਿਸਟਲ ਸੀ ਜਾਂ ਜਿਹੜੀ ਹਥਿਆਰ ਹੁੰਦੇ ਨੇ ਉਹਨਾਂ ਦੀ ਗੱਲ ਕਰਦਾ ਸੀ ਇਸੇ ਕਰਕੇ ਉਸਤੇ ਖਿਲਾਫ ਜਿਹੜਾ ਹਮਲਾ ਹੁੰਦਾ ਹੈ ਉਸ ਦੇ ਵਿੱਚ ਇਹਨਾਂ ਹਥਿਆਰਾਂ ਦੀ ਵਰਤੋਂ 골ਡੀ ਬਰਾੜ ਦੇ ਇਸ ਗੈਂਗ ਨੇ ਕੀਤੀ 골ਡੀ ਬਰਾੜ ਮੈਂ ਤੁਹਾਨੂੰ ਦੱਸਦਾ ਹਾਂ ਬਾਰ-ਬਾਰ ਕਿ ਉਹ ਲੋਰੈਂਸ ਬਿਸ਼ਨੋਈ ਗੈਂਗ ਦੀ ਲੀਗ ਦੇ ਵਿੱਚ ਹੀ ਹੈ 골ਡੀ ਬਰਾੜ ਦੀ ਜਿਹੜੀ ਰੰਜਿਸ਼ ਹੈ ਸਿੱਧੂ ਮੂਸੇਵਾਲੇ ਦੇ ਨਾਲ ਉਹ ਬਹੁਤ ਪੁਰਾਣੀ ਹੈ ਹੁਣ ਇੱਥੇ ਆਪਾਂ ਨੂੰ ਜਾਣਾ ਪੈਗਾ ਕਿਉਂਕਿ ਵਿੱਕੀ ਮਿੱਡੂ ਖੇੜਾ ਜਾਂ ਉਸ ਤੋਂ ਬਾਅਦ ਸੰਦੀਪ ਨੰਗਲ ਅੰਬੀਆਂ ਜੋ ਕਿ ਜੱਗੂ ਭਗਵਾਨ ਪੂਰੀ ਆਦੀ ਮੇਜਰ ਲੀਗ ਕਬੱਡੀ ਦੇ ਨਾਲ ਜੋੜ ਕੇ ਉਸ ਦੀ ਟੀਮ ਦੇ ਨਾਲ ਜੋੜ ਕੇ ਵੇਖਿਆ ਗਿਆ ਉਸ ਦੀ ਹੱਤਿਆ ਮਾਰਚ ਦੇ ਮਹੀਨੇ ਦੇ ਵਿੱਚ ਹੋ ਜਾਂਦੀ ਹੈ ਉਹ ਦੋਵੇਂ ਹੱਤਿਆ ਕਾਂਡਾਂ ਦੇ ਵਿੱਚ ਲਾਰੈਂਸ ਬਿਸ਼ਨੋਈ ਦੇ ਗੁੱਟਾਂ ਜਾਂ ਉਹਨਾਂ ਦੇ ਨਾਲ ਨੇੜਲੇ ਜਿਹੜੇ ਕਬੱਡੀ ਖਿਡਾਰੀ ਜਾਂ ਫਿਰ ਇੱਕ ਪੋਲੀਟੀਸ਼ਨ ਵਿਕੀ ਮਿੱਡੂ ਖੇੜਾ ਜੋ ਕਿ ਅਕਾਲੀ ਦਲ ਦੀ ਯੂਥ ਵਿੰਗ ਦਾ ਇੱਕ ਬਹੁਤ ਹੀ ਐਕਟਿਵ ਲੀਡਰ ਸੀ ਉਹਨਾਂ ਦੀ ਹੱਤਿਆਵਾਂ ਹੋਈਆਂ ਤੇ ਲਾਰੈਂਸ ਦਾ ਜਿਹੜਾ ਗੈਂਗ ਸੀ ਜਾਂ ਜੱਗੂ ਭਗਵਾਨਪੁਰਿਆ ਉਹਨਾਂ ਦਾ ਜਿਹੜਾ ਗੈਂਗ ਸੀ ਇਹ ਕਾਫੀ ਸਮੇਂ ਤੋਂ ਕੋਈ ਵੱਡਾ ਜਿਹੜਾ ਹਮਲਾ ਹੈ ਆਪਣੇ ਵਿਰੋਧੀ ਗੈਂਗ ਉੱਤੇ ਕਰਨਾ ਚਾਹ ਰਿਹਾ ਸੀ ਇਹਨਾਂ ਦੀ ਨਜ਼ਰਾਂ ਕਈ ਲੋਕਾਂ ਦੇ ਉੱਤੇ ਸੀ ਲਾਰੈਂਸ ਅਤੇ ਜੱਗੂ ਭਗਵਾਨ ਪੂਰੀਏ ਦੀ ਲੀਗ ਦੇ ਨਾਲ ਹੀ ਜੁੜਦੇ ਹੋਏ ਕੁਝ ਅਜਿਹੇ ਸਿੰਗਰ ਵੀ ਸਨ ਜਿਨ੍ਹਾਂ ਵਿੱਚ ਲਾਰੈਂਸ ਦੇ ਪੁਰਾਣੇ ਕਾਲਜ ਦੇ ਸਾਥੀ ਰਹੇ ਮਨਕੀਰਤ ਔਲਖਦਾਨਾ ਆਂਦਾ ਸੀ ਕਰਨ ਔਜਲਾ ਜਿਨ੍ਹਾਂ ਦੇ ਉੱਤੇ ਬਾਹਰ ਗੋਲੀਆਂ ਵੀ ਚਲਾਈਆਂ ਗਈਆਂ ਸਨ ਇਹ ਲੋਕਾਂ ਨੂੰ ਲਗਾਤਾਰ ਖਤਰਾ ਸੀ ਤੇ ਇਹ ਮੰਨਿਆ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਦੀ ਜਿਹੜੀ ਸਾਂਝ ਸੀ ਜਾਂ ਉਸ ਦੀ ਜਿਹੜੀ ਨੇੜਤਾ ਸੀ ਉਹ ਬੰਮੀਹਾ ਗਰੁੱਪ ਦੇ ਨਾਲ ਸੀ 골ਡੀ ਬਰਾੜ ਨੇ ਟੈਲੀਫੋਨ ਦੇ ਉੱਤੇ ਮੈਨੂੰ ਇਹ ਕਿਹਾ ਕਿ ਕਈ ਜਿਹੜੇ ਗੀਤ ਸਿੱਧੂ ਮੂਸੇਵਾਲਾ ਵੱਲੋਂ ਗਾਏ ਗਏ ਉਹ اسی ਆਧਾਰ ਦੇ ਉੱਤੇ ਲਿਖੇ ਗਏ ਤੇ ਉਹਨਾਂ ਨੂੰ ਗਾਇਆ ਗਿਆ ਬਬੀਹਾ ਬੋਲੇ ਇੱਕ ਅਜਿਹਾ ਗੀਤ ਸੀ ਜਿਸ ਨੂੰ ਲੈ ਕੇ ਵੀ 골ਡੀ ਬਰਾੜ ਜਾਂ ਫਿਰ ਉਹਨਾਂ ਗੈਂਗਸਟਰਾਂ ਦੇ ਮਨਾਂ ਦੇ ਵਿੱਚ ਕਾਫੀ ਕੁੜਤਨ ਸਿੱਧੂ ਮੂਸੇਵਾਲਾ ਦੇ ਪ੍ਰਤੀ ਸੀ ਲੇਕਿਨ ਸਿੱਧੂ ਮੂਸੇਵਾਲਾ ਦੇ ਨਾਲ ਜਿਹੜੀ ਅਸਲ ਦੁਸ਼ਮਣੀ ਹੈ ਉਸ ਦੀ ਸ਼ੁਰੂਆਤ ਹੁੰਦੀ ਕਦੋਂ ਹੈ ਇਸ ਨੂੰ ਥੋੜਾ ਜਿਹਾ ਸਮਝਣ ਦੀ ਲੋੜ ਹੈ ਐਸ ਪਰ ਜਿੰਨੀ ਵੀ ਜਾਣਕਾਰੀ ਮੈਂ ਤੁਹਾਨੂੰ ਦੇ ਰਿਹਾ ਇਹ 골ਡੀ ਬਰਾੜ ਵੱਲੋਂ ਮੈਨੂੰ ਫੋਨ ਦੇ ਉੱਤੇ ਦੱਸੀ ਗਈ ਜਾਣਕਾਰੀ ਉੱਤੇ ਆਧਾਰਿਤ ਹੈ ਇਸ ਦੀ ਵੈਰੀਫਿਕੇਸ਼ਨ ਪੁਲਿਸ ਕਰੇਗੀ ਪੜਤਾਲਾਂ ਦੇ ਵਿੱਚ ਇਸ ਚੀਜ਼ ਗੱਲਬਾਤ ਸਾਹਮਣੇ ਆਏਗੀ ਲੇਕਿਨ ਇਹ ਦੱਸਿਆ ਜਾਂਦਾ ਹੈ ਕਿ ਸਿੱਧੂ ਮੂਸੇਵਾਲਾ ਦੇ ਨਾਲ ਗੋਲਡੀ ਬਰਾੜ ਦਾ ਜਿਹੜਾ ਝਗੜਾ ਹੈ ਉਹ ਬੇਸਿਕਲੀ ਗੁਰਲਾਲ ਬਰਾੜ ਤੋਂ ਸ਼ੁਰੂ ਹੋਇਆ ਸੀ ਤੁਹਾਨੂੰ ਜਾਣਕਾਰੀ ਹੋਏਗੀ ਕਿ ਮੈਂ ਆਪਣੀਆਂ ਅਲੱਗ-ਅਲੱਗ ਰਿਪੋਰਟਾਂ ਦੇ ਵਿੱਚ ਕੁਝ ਅਜਿਹੇ ਸਟੂਡੈਂਟ ਲੀਡਰ ਜੋ ਕਿ ਲਿਹਾਜੀ ਸਨ ਯਾਨੀ ਕਿ ਇਨਾ ਗੈਂਗਸ ਦੇ ਨਾਲ ਖਾਸ ਕਰਕੇ ਲਾਰੈਂਸ ਦੇ ਗੈਂਗ ਦੇ ਨਾਲ ਜੁੜੇ ਹੋਏ ਸਨ ਜਾਂ ਈਵਨ ਬੰਬੀਹਾ ਗੈਂਗ ਦੇ ਨਾਲ ਜੁੜੇ ਹੋਏ ਸਨ ਉਹਨਾਂ ਦੇ ਉਹਨਾਂ ਲਿਹਾਜ਼ੀਆਂ ਨੂੰ ਜੋ ਕਿ ਬਾਹਰ ਓਵਰਗਰਾਉਂਡ ਰਹਿ ਰਹੇ ਸੀ ਇਨਾਂ ਦਾ ਕੋਈ ਵੀ ਗੈਂਗਸਟਰਾਂ ਦੀ ਦੁਨੀਆ ਦੇ ਨਾਲ ਉਸ ਤਰੀਕੇ ਨਾਲ ਸਿੱਧਾ ਤਾਲੁਕ ਨਹੀਂ ਸੀ ਤਾਂ ਹੀ ਕਰਕੇ ਇਹ ਲੋਕ ਸਮਾਜ ਦੇ ਵਿੱਚ ਵਿਚਰ ਪਾਰੇ ਸੀ ਲੇਕਿਨ ਇਹਨਾਂ ਨੂੰ ਇੱਕ ਇੱਕ ਕਰਕੇ ਨਿਸ਼ਾਨਾ ਬਣਾਇਆ ਗਿਆ ਸਭ ਤੋਂ ਪਹਿਲਾਂ ਜੀ ਸ਼ੁਰੂਆਤ ਲੁਧਿਆਣੇ ਦੇ ਵਿੱਚ 2016 ਦੇ ਆਸ-ਪਾਸ ਹੁੰਦੀ ਹੈ ਜਦੋਂ ਰਵੀ ਖਵਾਜਕੇ ਨੂੰ ਗੋਲੀਆਂ ਮਾਰੀਆਂ ਜਾਂਦੀਆਂ ਨੇ ਬੰਬੀਹਾ ਗੈਂਗ ਵੱਲੋਂ ਰਵੀ ਖਵਾਜਕੇ ਨੂੰ ਮਾਰਿਆ ਜਾਂਦਾ ਇੱਕ ਵਿਆਹ ਦੇ ਵਿੱਚ ਦਿਨ ਦਹਾੜੇ ਠੀਕ ਇਸੇ ਤਰੀਕੇ ਨਾਲ ਗੋਲੀਆਂ ਚਲਾ ਕੇ ਰਵੀ ਖਵਾਜਕੇ ਦਾ ਕਤਲ ਕੀਤਾ ਗਿਆ ਇਸ ਦਾ ਜਿਹੜਾ ਕਾਊਂਟਰ ਰਿਐਕਸ਼ਨ ਸੀ ਯਾਨੀ ਕਿ ਇਸ ਦਾ ਜਿਹੜਾ ਬੈਕਲੈਸ਼ ਸੀ ਉਹ ਮੰਨਿਆ ਜਾਂਦਾ ਹੈ ਲਾਰੈਂਸ ਗਰੁੱਪ ਨੇ ਜਦੋਂ ਜਿਹੜਾ ਲਵੀ ਦਿਉੜਾ ਸੀ ਜੋ ਕਿ ਬੇਸਿਕਲੀ ਬੰਮੀਹਾ ਗਰੁੱਪ ਦਾ ਹੀ ਇੱਕ ਬਹੁਤ ਘੱਟ ਉਮਰ ਦਾ ਗੈਂਗਸਟਰ ਸੀ ਜੈਤੋ ਇਲਾਕੇ ਦੇ ਵਿੱਚ ਇਹਨਾਂ ਦਾ ਆਪਣਾ ਸਰਕਟ ਸੀ ਤੇ ਮੰਨਿਆ ਜਾਂਦਾ ਸੀ ਕਿ ਗੁਰਲਾਲ ਬਰਾੜ ਯਾਨੀ ਕਿ ਗੋਲਡੀ ਬਰਾੜ ਦਾ ਭਰਾ ਤੇ ਲਵੀ ਦਿਉੜਾ ਦੇ ਵਿੱਚ ਜੈਤੋ ਦੇ ਸੱਟਿਆਂ ਨੂੰ ਲੈ ਕੇ ਕੁਝ ਆਪਸੀ ਜਿਹੜੀ ਖੈ ਬਾਜ਼ੀ ਹੋਈ ਸੀ ਬੇਸ਼ੱਕ ਇਹ ਰੰਜਿਸ਼ ਜਾਂ ਦੁਸ਼ਮਣੀ ਐਡੀ ਵੱਡੀ ਨਹੀਂ ਸੀ ਲੇਕਿਨ ਲੋਰੈਂਸ ਦੇ ਜਿਹੜੇ ਮੇਨ ਬੰਦੇ ਸੀ ਜਿਸ ਵਿੱਚੋਂ ਕਪੋਲਾ ਸ਼ੂਟਰ ਸੀ ਉਸ ਵੱਲੋਂ ਜਾ ਕੇ ਇੱਕ ਵਾਰਦਾਤ ਨੂੰ ਜਾਨ ਦੇ ਦਿੱਤਾ ਗਿਆ ਜਿਸ ਵਿੱਚ ਲਵੀ ਦਿਉੜਾ ਯਾਨੀ ਕਿ ਬੰਬੀਹਾ ਗੈਂਗਸਟਰ ਬੰਬੀਹਾ ਗੈਂਗ ਦਾ ਜਿਹੜਾ ਗੈਂਗਸਟਰ ਹੈ ਉਸ ਨੂੰ ਗੋਲੀਆਂ ਮਾਰਤੀਆਂ ਗਈਆਂ ਉਸ ਦਾ ਜਿਹੜਾ ਅਗਲਾ ਬਦਲਾ ਲਿਆ ਗਿਆ ਯਾਨੀ ਲਵੀ ਦਿਉੜਾ ਦੀ ਮੌਤ ਦਾ ਬਦਲਾ ਲਿਆ ਗਿਆ ਗੁਰਲਾਲ ਬਰਾੜ ਨੂੰ ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਦੇ ਵਿੱਚ ਕਤਲ ਕਰਕੇ ਇਹ ਜਿਹੜਾ ਕਤਲ ਸੀ ਇਹ ਦਵਿੰਦਰ ਬੰਬੀਹਾ ਗੈਂਗ ਵੱਲੋਂ ਕਰਾਇਆ ਗਿਆ ਸੀ ਇਨਫੈਕਟ ਬੰਬੀਹਾ ਗੈਂਗ ਨਹੀਂ ਲੱਕੀ ਪਟਿਆਲ ਮੈਂ ਆਪਣੀ ਬੀਤੀ ਰਿਪੋਰਟਾਂ ਦੇ ਵਿੱਚ ਵੀ ਜ਼ਿਕਰ ਕੀਤਾ ਕਿ ਲੱਕੀ ਪਟਿਆਲ ਨੇ ਖੁਦ ਗੁਰਲਾਲ ਬਰਾੜ ਨੂੰ ਮਾਰਨ ਦਾ ਜਿਹੜਾ ਆਦੇਸ਼ ਸੀ ਉਹ ਨੀਰ ਚਸਕਾ ਤੇ ਮਾਨਾ ਦੇ ਸ਼ੂਟਰਾਂ ਨੂੰ ਦਿੱਤਾ ਸੀ ਸੋ ਇਸ ਤਰੀਕੇ ਨਾਲ ਸੀਰੀਜ਼ ਚੱਲ ਰਹੀ ਸੀ ਪਹਿਲਾਂ ਰਵੀ ਖਵਾਜ ਕੇ ਮਾਰਿਆ ਗਿਆ ਫਿਰ ਲਵੀ ਦੇਵੜਾ ਮਾਰਿਆ ਗਿਆ ਉਸ ਦੇ ਜਵਾਬ ਦੇ ਵਿੱਚ ਗੁਰਲਾਲ ਬਰਾੜ ਮਾਰਿਆ ਗਿਆ ਲੇਕਿਨ ਗੁਰਲਾਲ ਬਰਾੜ ਦੀ ਮੌਤ ਜਦੋਂ ਹੁੰਦੀ ਹੈ ਉਹ ਇੱਕ ਮੇਜਰ ਟਰਨਿੰਗ ਪੁਆਇੰਟ ਸੀ ਜਿਸ ਤੋਂ ਬਾਅਦ ਗੋਲਦੀ ਬਰਾੜ ਪਿਕਚਰ ਦੇ ਵਿੱਚ ਆਂਦਾ ਯਾਨੀ ਕਿ ਉਹੀ ਗੋਲਦੀ ਬਰਾੜ ਜਿਸ ਦੀ ਅੱਜ ਗੱਲ ਕਰ ਰਹੇ ਹਾਂ गोल्डी के ब्राडिस ਤੋਂ ਬਾਅਦ ਕੈਨੇਡਾ ਚਲਾ ਜਾਂਦਾ ਤੇ ਉਸ ਤੋਂ ਬਾਅਦ ਉਸ ਵੱਲੋਂ ਇਹ ਸਾਰੇ ਦੀ ਸਾਰੀਆਂ ਜਿਹੜੀਆਂ ਹਿੱਟ ਸੀਗੀਆਂ ਯਾਨੀ ਕਿ ਆਪਣੇ ਵਿਰੋਧੀ ਗੈਂਗ ਨੂੰ ਟਾਰਗੇਟ ਕਰਨ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ ਕਿਉਂਕਿ ਇਹ ਸਾਰਾ ਸਮਾਂ ਅਜੇਹਾ ਸੀ ਜਿਸ ਦੌਰਾਨ ਲਾਰੈਂਸ ਬਿਸ਼ਨੋਈ ਹਮੇਸ਼ਾ ਤੋਂ ਹੀ ਰਾਜਸਥਾਨ ਦਿੱਲੀ ਜਾਂ ਹਰਿਆਣੇ ਦੀਆਂ ਜੇਲਾਂ ਦੇ ਵਿੱਚ ਰਿਹਾ ਅੱਜ ਦੀ ਤਰੀਕ ਦੇ ਵਿੱਚ ਵੀ ਉਹਨੇ ਬੀਤੇ ਤਕਰੀਬਨ 6 7 8 ਸਾਲ ਤੋਂ ਜੇਲਾਂ ਦੇ ਵਿੱਚ ਹੀ ਰੈ ਕੇ ਆਪਣੀ ਜ਼ਿੰਦਗੀ ਬਤੀਤ ਕੀਤੀ ਹੈ ਤੇ ਉਹਦੇ ਜਿੰਨੇ ਵੀ ਕਾਰਵਾਈਆਂ ਚੱਲਦੀਆਂ ਨੇ ਜੇਲ੍ਹਾਂ ਦੇ ਵਿੱਚੋਂ ਚੱਲਦੀਆਂ ਨੇ ਕਾਲਾ ਜਠੇੜੀ ਗੈਂਗ ਦੇ ਨਾਲ ਇੱਕ ਅਜਿਹੀ ਸਰਕਟ ਇਹਨਾਂ ਦਾ ਬਣਿਆ ਬਾਅਦ ਦੇ ਵਿੱਚ ਜੱਗੂ ਭਗਵਾਨਪੁਰੀਆਂ ਨਾਲ ਸ਼ਾਮਲ ਹੋ ਗਿਆ ਸੋ ਲਾਰੈਂਸ ਦੀ ਜਿਹੜੀ ਲੀਕ ਸੀ ਫੈਲਦੀ ਗਈ ਤੇ ਉਹਨਾਂ ਦਾ ਮੇਨ ਬੰਦਾ ਵਿਚ ਇਸ ਗੋਲਡੀ ਬਰਾੜ ਉਹ ਜਾ ਕੇ ਕੈਨੇਡਾ ਬੈਠ ਗਿਆ ਕੈਨੇਡਾ ਤੋਂ ਉਸਨੇ ਉਹ ਸਾਰੀ ਦੀ ਸਾਰੀ ਫੰਡਿੰਗ ਕਰਨੀ ਜਾਂ ਉਹ ਮੋਡਿਊਲਸ ਨੂੰ ਹੈਂਡਲ ਕਰਨ ਦਾ ਕੰਮ ਸ਼ੁਰੂ ਕੀਤਾ ਦੂਸਰੇ ਪਾਸੇ ਗੁਰਲਾਲ ਬਰਾੜ ਦੀ ਮੌਤ ਤੋਂ ਬਾਅਦ ਗੋਲਡੀ ਬਰਾੜ ਦਾ ਮਕਸਦ ਸੀ ਆਪਣੇ ਪ੍ਰਾ ਦੀ ਮੌਤ ਦਾ ਬਦਲਾ ਲੈਣਾ ਉਸ ਮੋਦਾ ਬਦਲੇ ਦਾ ਮਤਲਬ ਸੀ ਆਪਣੇ ਵਿਰੋਧੀ ਗੈਂਗ ਜਾਨੀ ਕਿ ਦਵਿੰਦਰ ਬੰਬੀਹਾ ਹੋਣਾਂ ਦੇ ਗੈਂਗ ਨੂੰ ਟਾਰਗੇਟ ਕਰਨਾ ਇਸੇ ਤਹਿਤ ਗੁਰਲਾਲ ਪਹਿਲਵਾਨ ਦਾ ਮਰਡਰ ਫਰੀਦਕੋਟ ਦੇ ਵਿੱਚ ਦੰਦਹਾੜੇ ਕੀਤਾ ਜਾਂਦਾ ਜਦੋਂ ਲਾਰੈਂਸ ਦੇ ਜਿਹੜੇ ਸ਼ਾਰਪ ਸ਼ੂਟਰ ਹੁੰਦੇ ਨੇ ਉਹ ਆ ਕੇ ਗੋਲੀਆਂ ਗੁਰਲਾਲ ਪਹਿਲਵਾਨ ਦੇ ਮਾਰਦੇ ਨੇ ਜੋ ਕਿ ਯੂਥ ਕਾਂਗਰਸ ਦਾ ਇੱਕ ਲੀਡਰ ਸੀ ਤੇ ਗੈਂਗਵਾਰ ਹੋਰ ਅੱਗੇ ਤੁਰੇ ਤੇ ਕਈ ਹੋਰ ਦੋਵੇਂ ਗੈਂਗਸ ਦੇ ਨਾਲ ਜੁੜੇ ਹੋਏ ਅਜਿਹੇ ਸੌਫਟ ਟਾਰਗੇਟਸ ਇੱਕ ਦੂਸਰੇ ਗੈਂਗ ਵੱਲੋਂ ਨਿਸ਼ਾਨਾ ਬਣਾਏ ਜਾਂਦੇ ਰਹੇ ਇਸੀ ਸੀਰੀਜ਼ ਦੇ ਵਿੱਚ ਅਗਲੀ ਕਹਾਣੀ ਜਿਹੜੀ ਵੱਡੇ ਪੱਧਰ ਤੇ ਤੁਰੀ ਉਹ ਸਾਲ 2021 ਸੀ ਜਿਸ ਦੌਰਾਨ ਵਿੱਕੀ ਮਿੱੱਡੂ ਖੇੜਾ ਨੂੰ ਅਗਸਤ 7 2021 ਨੂੰ ਮਾਰਿਆ ਗਿਆ ਤੇ ਵਿੱਕੀ ਮਿੱੱਡੂ ਖੇੜਾ ਲਾਰੈਂਸ ਬਿਸ਼ਨੋਈ ਦਾ ਬਹੁਤ ਖਾਸ ਹੀ ਕਰੀਬੀ ਸੀ ਬੇਸ਼ੱਕ ਉਹ ਇੱਕ ਅਕਾਲੀ ਦਲ ਦਾ ਯੂਥ ਲੀਡਰ ਸੀ ਲੇਕਿਨ ਇਸ ਦੇ ਬਾਵਜੂਦ ਲਾਰੈਂਸ ਬਿਸ਼ਨੋਈ ਦੇ ਨਾਲ ਉਸਨੇ ਆਪਣੇ ਸਟੂਡੈਂਟ ਆਰਗੇਨਾਈਜੇਸ਼ਨ ਆਫ ਪੰਜਾਬ ਯ ਦਿਨਾ ਦੇ ਤੋਂ ਉਸ ਦੀ ਜਿਹੜੀ ਸਾਂਝ ਸੀ ਤੇ ਉਸ ਦੇ ਨਾਲ ਦੇ ਕਈ ਹੋਰ ਅਜਿਹੇ ਸਟੂਡੈਂਟ ਲੀਡਰ ਜੋ ਕਿ ਹੁਣ ਜਾਂ ਤਾਂ ਅਪਰਾਧ ਜਗਤ ਵਿੱਚ ਆ ਚੁੱਕੇ ਸੀ ਇਹਨਾਂ ਦੇ ਨਾਲ ਵਿੱਕੀ ਮਿੱਡੂ ਖੇੜਾ ਦਾ ਜਿਹੜਾ ਕੰਟੈਕਟ ਸੀ ਉਹ ਇੱਕ ਕਾਰਨ ਬਣਿਆ ਕਿਉਂਕਿ ਵਿਰੋਧੀ ਗੈਂਗ ਯਾਨੀ ਕਿ ਬੰਬੀਹਾ ਗੈਂਗ ਜਾਂ ਲੱਕੀ ਪਟਿਆਲ ਦਾ ਜਿਹੜਾ ਗੈਂਗ ਸੀ ਬੰਬੀਹਾ ਗੈਂਗ ਜਿਹੜਾ ਸੀ ਉਹ ਬੇਸਿਕਲੀ ਦਵਿੰਦਰ ਬੰਬੀਹਾ ਦਾ ਗੈਂਗ ਸੀ ਜਿਸ ਦੀ ਮੌਤ ਅੱਜ ਤੋਂ ਠੀਕ 6 ਸਾਲ ਪਹਿਲਾਂ ਹੋ ਚੁੱਕੀ ਸੀ ਲੇਕਿਨ ਇਸ ਗੈਂਗ ਦੇ ਕੁਝ ਆਪਰੇਟਰ ਜਿਹੜੇ ਹੈਗੇ ਨੇ ਅਮਨ ਜੈਤੋ ਵਗੈਰਾ ਉਹ ਇਸ ਵਕਤ ਜੇਲ੍ਹਾਂ ਵਿੱਚ ਬੰਦ ਨੇ ਇਸ ਗੈਂਗ ਤੇ ਇਸ ਦੇ ਨਾਲ ਜਿਹੜਾ ਸੁਖਪ੍ਰੀਤ ਬੁੱਡੇ ਦਾ ਜਿਹੜਾ ਗੈਂਗ ਹੈ ਉਸ ਨੂੰ ਲक्की ਪਟਿਆਲ ਅਰਮੇਨੀਆ ਤੋਂ ਬੈਠ ਕੇ ਆਪਰੇਟ ਕਰਦਾ ਹੈ ਸੋ ਇਹ ਸਾਰੀ ਦੀ ਸਾਰੀਆਂ ਵਾਰਦਾਤਾਂ ਲੱਕੀ ਪਟਿਆਲ ਹੈਂਡਲ ਕਰਦਾ ਰਿਹਾ ਜੋ ਕਿ ਲੋਰੈਂਸ ਬਿਸ਼ਨੋਈ ਜਾਂ ਫਿਰ ਜੱਗੂ ਭਗਵਾਨਪੂਰੀਏ ਜਾਂ ਫਿਰ ਉਹਨਾਂ ਦੇ ਨਾਲ ਦੀ ਜਿਹੜੀ ਲੀਗ ਸੀ ਉਸ ਦੇ ਗੈਂਗਸਟਰਾਂ ਦੇ ਖਿਲਾਫ ਜਾਂ ਉਹਦੇ ਨਾਲ ਜੁੜੇ ਇਹ ਲੋਕਾਂ ਦੇ ਖਿਲਾਫ ਹਮਲਿਆਂ ਦੀ ਸ਼ਕਲ ਦੇ ਵਿੱਚ ਸਾਡੇ ਸਾਹਮਣੇ ਕਈ ਵੱਡੀਆਂ ਵਾਰਦਾਤਾਂ ਵੀ ਤਹਿਤ ਆਈ ਇਸੇ ਸੀਰੀਜ਼ ਦੇ ਵਿੱਚ ਯਾਨੀ ਕਿ ਇਸੇ ਗੈਂਗ ਵਾਰ ਦੇ ਵਿੱਚ ਸੰਦੀਪ ਨੰਗਲ ਅੰਬੀਆਂ ਨੂੰ 2 ਮਹੀਨੇ ਪਹਿਲਾਂ ਮਾਰਗਰੀਆ ਗਿਆ ਤੇ ਆਪਾਂ ਕਈ ਵੀਡੀਓਜ਼ ਉੱਤੇ ਬਣਾਈਆਂ ਨੇ ਸੋ ਇੱਕ ਅਜੀਹਾ ਸਮਾਂ ਸੀ ਜਦੋਂ ਕੀ ਸੰਦੀਪ ਨੰਗਲ ਅੰਬੀਆਂ ਵਿੱਕੀ ਮਿੱਡੂ ਖੇੜਾ ਇਹਨਾਂ ਨੂੰ ਬਹੁਤ ਵੱਡੇ ਜਿਹੜੇ ਰਿਸੋਰਸ ਮੰਨਿਆ ਜਾਂਦਾ ਸੀ ਲਾਰੈਂਸ ਜਾਂ ਜੱਗੂ ਭਗਵਾਨਪੁਰੀਆ ਉਹਨਾਂ ਦੇ ਨਾਲ ਜੁੜੇ ਹੋਏ ਲੋਕ ਮੰਨੇ ਜਾਂਦੇ ਸੀਗੇ ਬੇਸ਼ੱਕ ਇਹਨਾਂ ਦਾ ਕੋਈ ਵੀ ਅੰਡਰਵਰਲਡ ਦੇ ਨਾਲ ਕੋਈ ਲਾਗਾ ਦੇਗਾ ਨਹੀਂ ਸੀ ਇਹ ਲੋਕ ਆਪਣਾ ਕੰਮ ਬਹੁਤ ਹੀ ਸੁਚੱਜੇ ਤਰੀਕੇ ਨਾਲ ਕਰ ਰਹੇ ਸੀ ਲੇਕਿਨ ਕਿਉਂਕਿ ਕੋਈ ਕਿਸੇ ਦੀ ਜਿਹੜੀ ਲੀਗ ਸੀ ਕਬੱਡੀ ਲੀਗ ਸੀ ਉਸ ਦੀ ਕਿਸੇ ਟੀਮ ਜਾਂ ਕਈ ਟੀਮਾਂ ਨੂੰ ਮੈਨੇਜ ਕਰ ਰਿਆ ਸੀ ਸੰਦੀਪ ਨੰਗਲੰਬੀਆਂ ਜਾਂ ਫਿਰ ਵਿੱਕੀ ਮਿੱਡੂ ਖੇੜਾ ਜਿਸ ਉੱਤੇ ਸ਼ਾਇਦ ਖੱਛਾ ਇਹ ਸੀ ਕਿ ਲਾਰੈਂਸ ਦੇ ਨਾਲ ਹਜੇ ਵੀ ਉਸ ਦੇ ਸੰਪਰਕ ਹੋ ਸਕਦੇ ਨੇ ਇਸੇ ਕਰਕੇ ਇਹ ਦੋਵਾਂ ਨੂੰ ਟਾਰਗੇਟ ਬਣਾਇਆ ਗਿਆ ਤੇ ਉਸ ਤੋਂ ਬਾਅਦ ਇਹ ਹਿੱਟਸ ਜਿਹੜੀਆਂ ਸੀ ਯਾਨੀ ਕਿ ਇਹ ਹਤਿਆਵਾਂ ਕਰਾਤੀਆਂ ਗਈਆਂ ਦੋ ਵੱਡੀਆਂ ਹਾਈ ਪ੍ਰੋਫਾਈਲ ਹਤਿਆਵਾਂ ਸਨ ਮਿੱਡੂ ਖੇੜਾ ਅਤੇ ਸੰਦੀਪ ਨੰਗਲ ਅੰਬਿਆ ਦੀ ਹਤਿਆ ਤੋਂ ਬਾਅਦ ਮਾਰਚ ਦੇ ਆਖਰੀ ਕੁਝ ਦਿਨਾਂ ਦੇ ਵਿੱਚ ਪੈਂਟੇਨਾ ਦਾ ਇੱਕ ਬੰਬੀਹਾ ਗੈਂਗ ਦਾ ਗੈਂਗਸਟਰ ਸੀ ਜਿਸ ਨੂੰ ਕੀ ਲੋਰੈਂਸ ਬਿਸ਼ਨੋਈ ਦੇ ਜਿਹੜੇ ਸ਼ਾਰ ਸ਼ੂਟਰ ਸੀ ਉਹਨਾਂ ਵੱਲੋਂ ਮੋਗੇ ਦੇ ਵਿੱਚ ਮਾਰਿਆ ਗਿਆ ਇਹ ਕੇਸ ਬਾਅਦ ਦੇ ਵਿੱਚ ਕ੍ਰੈਕ ਕੀਤਾ ਗਿਆ ਜਿਸ ਦਾ ਜ਼ਿਕਰ ਲੰਡੇ ਹਰੀਕੇ ਨੇ ਆਪਣੀ ਇੰਟਰਵਿਊ ਦੇ ਦੌਰਾਨ ਵੀ ਕੀਤਾ ਸੀ গোল্ডি ব্রাড ਜਿਹੜੀ ਜਾਣਕਾਰੀ ਮੇਰੇ ਨਾਲ ਸਾਂਝੀ ਕਰਦਾ ਹੈ ਉਹ ਸਿੱਧੂ ਮੂਸੇਵਾਲੇ ਦੇ ਨਾਲ ਉਹਨਾਂ ਦੀ ਜਿਹੜੀ ਦੁਸ਼ਮਣੀ ਹੈ ਜੋ ਕਿ ਗੁਰਲਾਲ ব্রাਡ ਯਾਨੀ ਕਿ গোল্ডি ব্রাਡ ਦੇ ਭਰਾ ਦੇ ਸਮਿਆਂ ਤੋਂ ਹੀ ਚੱਲਦੀ ਆ ਰਹੀ ਸੀ ਉਹਨਾਂ ਆਪਾਂ ਆਨੇ ਉਹਨਾਂ ਕਾਰਨਾ ਕਰਕੇ ਜਿਸ ਕਾਰਨ গোল্ডি ব্রাਡ ਸਿੱਧੂ ਮੂਸੇਵਾਲਾ ਦੇ ਉੱਤੇ ਇਸ ਜਾਨਲੇਵਾ ਹਮਲੇ ਦੀ ਜ਼ਿੰਮੇਵਾਰੀ ਕਬੂਲ ਕਰ ਰਿਹਾ ਹੈ ਤੇ ਇਸ ਦੇ ਪਿੱਛੇ ਦੇ ਕਾਰਨਾ ਦੀ ਗੱਲ ਦੱਸ ਰਿਹਾ ਪਹਿਲਾ ਵੱਡਾ ਕਾਰਨ ਸੀ গোল্ডি ব্রাਡ ਦੇ ਭਰਾ ਗੁਰਲਾਲ ব্রাਡ ਜੋ ਕਿ ਕਿਸੇ ਸਮੇਂ ਐਕਟਿਵ ਸੀ ਜਦੋਂ ਉਹ ਜਿਉਂਦਾ ਸੀ ਉਸ ਦੀ ਕੁਝ ਗੱਲਬਾਤ ਹੋਈ ਉਸਨੇ ਇੱਕ ਪੰਜਾਬ ਦੀ ਮਹਿਲਾ ਜਿਹੜੀ ਗਾਇਕ ਸੀ ਜੋ ਕਿ ਕਾਫੀ ਚਰਚਿਤ ਗਾਇਕ ਹੈ ਲੇਕਿਨ ਇਸ ਮੰਚ ਤੇ ਉੱਤੇ ਮੈਂ ਉਹਨਾਂ ਦਾ ਨਾਮ ਲੈਣਾ ਨਹੀਂ ਚਾਹਾਂਗਾ ਉਸ ਮਹਿਲਾ ਗਾਇਕ ਦੇ ਨਾਲ ਗਲਬਾਤ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਬਾਰੇ ਕੁਝ ਗੱਲਾਂ ਕਹੀਆਂ ਇਹ ਕੁਝ ਅਜਿਹੇ ਸ਼ਬਦ ਸਨ ਜੋ ਕਿ ਇਸ ਮਹਿਲਾ ਗਾਇਕ ਵੱਲੋਂ ਸਿੱਧੂ ਮੂਸੇਵਾਲੇ ਨੂੰ ਦੱਸੇ ਗਏ ਇਸ ਘਟਨਾ ਤੋਂ ਪਹਿਲਾਂ ਹੀ ਲਾਰੈਂਸ ਬਿਸ਼ਨੋਈ ਦੇ ਨਾਲ ਜਿਵੇਂ ਮੈਂ ਪਹਿਲਾਂ ਜ਼ਿਕਰ ਰਿਪੋਰਟ ਦੇ ਵਿੱਚ ਕੀਤਾ ਸਿੱਧੂ ਮੂਸੇਵਾਲਾ ਤੇ ਲਾਰੈਂਸ ਬਿਸ਼ਨੋਈ ਫੋਨ ਦੇ ਉੱਤੇ ਆਪਸ ਦੇ ਵਿੱਚ ਬਹਿਸਬਾਜ਼ੀ ਕਰ ਚੁੱਕੇ ਸੀ ਯਾਨੀ ਕਿ ਇੱਕ ਇਸ ਗੱਲ ਨੂੰ ਲੈ ਕੇ ਆਪਸ ਦੇ ਵਿੱਚ ਇਹਨਾਂ ਦੀ ਬਹਿਸਬਾਜ਼ੀ ਹੋਈ ਇਸ ਤੋਂ ਬਾਅਦ ਜਦੋਂ ਇਹ ਜਾਣਕਾਰੀ ਮਹਿਲਾ ਗਾਇਕ ਵੱਲੋਂ ਸਿੱਧੂ ਮੂਸੇਵਾਲਾ ਨੂੰ ਦਿੱਤੀ ਗਈ ਤੇ ਉਸ ਤੋਂ ਕੁਝ ਘੰਟਿਆਂ ਬਾਅਦ ਲੱਕੀ ਪਟਿਆਲ ਦੇ ਕੁਝ ਜਿਹੜੇ ਗੈਂਗਸਟਰ ਜਾਂ ਉਸ ਦੇ ਜਿਹੜੇ ਗੁਰਗੇ ਸਨ ਉਹਨਾਂ ਨੇ ਗੁਰਲਾਲ ਬਰਾੜ ਨੂੰ ਜੋ ਕਿ ਗੋਲਡੀ ਬਰਾੜ ਦਾ ਭਰਾ ਹੈ ਜੋ ਕਿ ਹੁਣ ਜਿਉਂਦਾ ਨਹੀਂ ਹੈ ਉਸ ਨੂੰ ਫੋਨ ਲਾਇਆ ਤੇ ਉਸ ਨੂੰ ਫੋਨ ਦੇ ਉੱਤੇ ਧਮਕੀਆਂ ਦਿੱਤੀ ਇਹ ਇੱਕ ਵੱਡਾ ਫੈਕਟਰ ਮੰਨਿਆ ਜਾਂਦਾ ਹੈ ਇਸ ਤੋਂ ਇਲਾਵਾ ਬੰਬੀਹਾ ਗੈਂਗ ਦੇ ਨਾਲ ਜੁੜੇ ਹੋਏ ਸੁਖਪ੍ਰੀਤ ਬੁੱਢਾ ਜੋ ਕਿ ਜੇਲ੍ਹ ਦੇ ਵਿੱਚ ਹੈ ਉਸ ਦੀ ਜੇਲ੍ਹ ਦੇ ਵਿੱਚ ਜਿਹੜੀਆਂ ਸਫਾਰਸ਼ਾਂ ਪੁਆਏ ਜਾਣ ਦਾ ਜਿਹੜਾ ਇਲਜ਼ਾਮ ਹੈ ਉਹ ਗੋਲਡੀ ਬਰਾੜ ਸਿੱਧੂ ਮੂਸੇਵਾਲੇ ਦੇ ਉੱਤੇ ਲਾਉਂਦਾ ਹੈ 골ਡੀ ਬਰਾੜ ਕਹਿੰਦਾ ਕਿ ਸਿੱਧੂ ਮੂਸੇਵਾਲਾ ਹੀ ਸਿਫਾਰਸ਼ਾਂ ਕਰਕੇ ਸੁਖਪ੍ਰੀਤ ਬੁੱਡੇ ਦੀ ਇਮਦਾਦ ਕਰਦਾ ਸੀ ਇਹ ਵੀ ਇੱਕ ਰੰਜਿਸ਼ ਤੇ ਇੱਕ ਕਾਰਨ ਸੀ ਜਿਸ ਕਾਰਨ ਉਹਨਾਂ ਦੀ ਜਿਹੜੀ ਦੁਸ਼ਮਣੀ ਸੀ ਉਹ ਵੱਧ ਰਹੀ ਸੀ ਲਵੀ ਦਿਓੜਾ ਦੀ ਹਤਿਆ ਤੋਂ ਬਾਅਦ ਜਦੋਂ ਗੁਰਲਾਲ ਬਰਾੜ ਦੀ ਹਤਿਆ ਹੁੰਦੀ ਹੈ ਚੰਡੀਗੜ੍ਹ ਦੇ ਵਿੱਚ ਤੇ ਉਸ ਤੋਂ ਬਾਅਦ 골ਡੀ ਬਰਾੜ ਬਾਹਰ ਚਲਾ ਜਾਂਦਾ ਹੈ ਉਸ ਤੋਂ ਬਾਅਦ ਇਹ ਗੈਂਗਵਾਰ ਹੋਰ ਟਿੱਖੀ ਹੁੰਦੀ ਹੋਈ ਨਜ਼ਰ ਆਈ ਇਸ ਦੌਰਾਨ ਇਹ ਵੀ ਸਮਝਿਆ ਜਾਂਦਾ ਹੈ ਕਿ ਜਦੋਂ ਵੀ ਇਹ ਝਗੜਾ ਗੁਰਲਾਲ ਬਰਾੜ ਦੇ ਜਿਉਂਦਿਆਂ ਰਹਿੰਦੇ ਹੋਇਆ ਜਿਸ ਦੌਰਾਨ ਕੀ ਉਸਦੀ ਜਦੋਂ ਵੀ ਤੂ ਤੂ ਮੈਂ ਮੈਂ ਹੋਈ ਜਾਂ ਕਈ ਲੋਕਾਂ ਦੇ ਨਾਲ ਗੱਲਬਾਤ ਦੇ ਵਿੱਚ ਉਸ ਨੇ ਸਿੱਧੂ ਮੂਸੇਵਾਲਾ ਨੂੰ ਨਚਾਰ ਕਹਿ ਕੇ ਸੰਬੋਧਿਤ ਕੀਤਾ ਇਸ ਤੋਂ ਬਾਅਦ ਸਿੱਧੂ ਮੂਸੇਵਾਲਾ ਨੇ ਇਤਰਾਜ਼ ਇਸ ਉਤੇ ਜ਼ਾਹਰ ਕੀਤਾ ਸੀ ਤੇ ਉਸ ਨੇ ਕਿਹਾ ਸੀ ਕਿ ਮੈਂ ਨਚਾਰ ਨਹੀਂ ਐ ਜਿਹੜੀਆਂ ਜਿਹੜੇ ਗੀਤਿਆਂ ਜਿਹੜੇ ਮੈਂ ਲਿਰਿਕਸ ਆਪਣੇ ਗਾਣਿਆਂ ਦੇ ਵਿੱਚ ਬੋਲਦਾ ਹਾਂ ਮੈਂ ਉਹੀ ਹਾਂ ਇਸ ਤਰੀਕੇ ਦੀ ਗੱਲਾਂ ਬਾਤਾਂ ਵੀ ਉੱਭਰ ਕੇ ਆਈਆਂ ਗੋਲਡੀ ਬਰਾੜ ਜਾਂ ਫਿਰ ਉਸ ਦਾ ਜਿਹੜਾ ਪਰਾ ਜੋ ਕਿ ਮਾਰਿਆ ਜਾ ਚੁੱਕਾ ਹੈ ਗੁਰਲਾਲ ਬਰਾੜ ਉਸ ਦੀ ਇਸ ਤਰੀਕੇ ਦੀ ਕਹਾ ਸੁਣੀ ਸਿੱਧੂ ਮੂਸੇਵਾਲੇ ਤੇ ਉਸ ਦੇ ਲੋਕਾਂ ਦੇ ਨਾਲ ਹੁੰਦੀ ਰਹੀ ਸੀ ਇਹ ਦੁਸ਼ਮਣੀ ਜਿਹੜੀ ਸੀ ਇਹ ਲਗਾਤ ਇਸ ਤੋਂ ਇਲਾਵਾ ਇਸ ਪੂਰੀ ਦੀ ਪੂਰੀ ਜੁਗਲਬਾਤ ਮੈਨੂੰ ਗੋਲਡੀ ਬਰਾੜ ਦੱਸਦਾ ਹੈ ਉਸ ਦੇ ਵਿੱਚ ਜ਼ਿਕਰ ਮੁਖ्तार ਅंसारी ਦਾ ਵੀ ਆਂਦਾ ਹੈ ਇਹ ਮੰਨਿਆ ਜਾਂਦਾ ਹੈ ਕਿ ਮੁਖ्तार ਅंसारी ਦੀ ਸ਼ਹਿ ਦੇ ਉੱਤੇ ਵੀ ਕਈ ਅਜੀਹਾਂ ਗੱਲਾਂ ਬਾਤਾਂ ਹੋ ਰਹੀਆਂ ਸਨ ਜਿਸ ਕਾਰਨ ਕਿ ਸਿੱਧੂ ਮੂਸੇਵਾਲਾ ਕਿਉਂਕਿ ਉਸ ਕਲਾਉਡ ਦੇ ਵਿੱਚ ਸੀ ਜਾਂ ਉਸ ਦੀ ਇਸ ਤਰੀਕੇ ਦੀ ਪ੍ਰੋਟੈਕਸ਼ਨ ਸੀ ਉਸ ਦੇ ਇਸ ਤਰੀਕੇ ਦੇ ਸੰਪਰਕ ਸਨ ਇੱਕ ਪਾਸੇ ਉਸ ਨੂੰ ਸਿਕਿਉਰਿਟੀ ਜਾਂ ਸਟੇਟ ਵੱਲੋਂ ਪੂਰੀ ਦੀ ਪੂਰੀ ਮਦਦ ਮਿਲ ਰਹੀ ਸੀ ਦੂਸਰੇ ਪਾਸੇ ਉਸ ਦੇ ਕੁਝ ਕਥਿਤ ਤੌਰ ਤੇ ਅਜਿਹੇ ਲੋਕਾਂ ਦੇ ਨਾਲ ਸੰਬੰਧ ਵੀ ਰਹੇ ਜਿਸ ਕਾਰਨ ਉਹ ਲਾਰੈਂਸ ਬਿਸ਼ਨੋਈ ਜਾਂ ਗੋਲਡੀ ਬਰਾੜ ਜਾਂ ਫਿਰ ਉਹਨਾਂ ਦੇ ਨਾਲ ਦੀ ਜਿਹੜੀ ਗੈਂਗਸਟਰਾਂ ਦੀ ਲੀਕ ਸੀ ਉਸ ਦੀ ਜ਼ਿਆਦਾ ਪਰਵਾਹ ਨਹੀਂ ਸੀ ਕਰਦਾ ਇਹੀ ਕਾਰਨ ਸੀ ਕਿ ਇੱਕ ਤੋਂ ਬਾਅਦ ਇੱਕ ਘਟਨਾਵਾਂ ਹੁੰਦੀਆਂ ਰਹੀਆਂ ਇਕ ਤੋਂ ਬਾਅਦ ਅਜਿਹੇ ਕਾਰਨ ਬਣਦੇ ਰਹੇ ਲੇਕਿਨ ਜਦ ਤੱਕ ਸਿੱਧੂ ਮੂਸੇਵਾਲਾ ਕੋਲ ਸਿਕਿਉਰਿਟੀ ਦੇ ਇੱਕ ਹੈਵੀ ਕਵਰ ਸੀ ਤਦ ਤੱਕ ਤਾਂ ਇਹਨਾਂ ਗੈਂਗਸਟਰਾਂ ਵੱਲੋਂ ਉਸ ਨੂੰ ਮਾਰਨ ਦਾ ਕੋਈ ਸ਼ਾਇਦ ਜਿਹੜਾ ਪਲਾਨ ਹੋਇਆ ਵੀ ਹੋਏਗਾ ਉਹ ਸਿਰੇ ਨਹੀਂ ਚੜਿਆ ਹੋਏਗਾ ਲੇਕਿਨ ਜਿਵੇਂ ਹੀ ਸਰਕਾਰ ਬਦਲੀ ਉਸ ਤੋਂ ਬਾਅਦ ਇਹ ਜਿਹੜੀ ਪਲੈਨਿੰਗ ਸੀ ਗੋਲਡੀ ਬਰਾੜ ਦੀ ਇਹ ਹੋਰ ਤੇਜ਼ ਹੋਣ ਲੱਗੀ ਤੇ ਇਸ ਵਾਰ ਉਹਨਾਂ ਦੀ ਹਿਟ ਲਿਸਟ ਉੱਤੇ ਸਿੱਧੂ ਮੂਸੇਵਾਲਾ ਸੀ ਵਿੱਕੀ ਮਿੱਡੂ ਖੇੜਾ ਤੇ ਸੰਦੀਪ ਨੰਗਲ ਅੰਬਿਆਂ ਦੀ ਹਤਿਆ ਤੋਂ ਬਾਅਦ ਇੱਕ ਵੱਡਾ ਟਾਰਗੇਟ ਲਾਰੈਂਸ ਬਿਸ਼ਨੋਈ ਦੇ ਗੈਂਗ ਨੂੰ ਜਾਂ ਗੋਲਡੀ ਬਰਾੜ ਨੂੰ ਚਾਹੀਦਾ ਸੀ ਤੇ ਉਸ ਟਾਰਗੇਟ ਦੇ ਰੂਪ ਦੇ ਵਿੱਚ ਸਿੱਧੂ ਮੂਸੇਵਾਲਾ ਕਿਉਂਕਿ ਹਜੇ ਤੱਕ ਇਹਨਾਂ ਦੀ ਰੇਂਜ ਤੇ ਰੀਚ ਤੋਂ ਬਾਹਰ ਸੀ ਉਸ ਨੂੰ ਚੁਣਿਆ ਗਿਆ ਤੇ ਕਾਤ ਲਗਾ ਕੇ ਜਿਹੜਾ ਹਮਲਾ ਠੀਕ ਉਸ ਦਿਨ ਹੁੰਦਾ ਹੈ ਜਿਸ ਤੋਂ ਇੱਕ ਦਿਨ ਪਹਿਲਾਂ ਹੀ ਜਿਹੜੀ ਸੁਰੱਖਿਆ ਦੇ ਵਿੱਚ ਸਿੱਧੂ ਮੂਸੇਵਾਲਾ ਦੀ ਕਟੋਤੀ ਵੀ ਹੁੰਦੀ ਹੈ ਇੱਕ ਵੱਖਰਾ ਇਸ਼ੂ ਹੈ ਕਿ ਸਿੱਧੂ ਮੂਸੇਵਾਲਾ ਕੋਲ ਪੰਜਾਬ ਪੁਲਿਸ ਦੇ ਉਹ ਦੋ ਕਮਾਂਡੋ ਵੀ ਨਹੀਂ ਸੀ ਆਪਣੀ ਬੁਲੇਟ ਪ੍ਰੂਫ ਗੱਡੀ ਵੀ ਨਹੀਂ ਸੀ ਜੇ ਬੁਲੇਟ ਪ੍ਰੂਫ ਗੱਡੀ ਹੁੰਦੀ ਕਮਾਂਡੋ ਹੁੰਦੀ ਤਾਂ ਮੁਕਾਬਲਾ ਹੁੰਦਾ ਜਾਂ ਫਿਰ ਸ਼ਾਇਦ ਇਹ ਵਾਰਦਾਤ ਹੋ ਹੀ ਨਾ ਪੈਂਦੀ ਕਿ ਕਿ ਵਿਰੋਧੀ ਗੈਂਗਸ ਯਾਨੀ ਕਿ ਗੋਲਡੀ ਬਰਾੜ ਦੇ ਗੁਰਗਿਆਂ ਨੂੰ ਲੌਰੈਂਸ ਬਿਸ਼ਨੋਈ ਦੇ ਜਿਹੜੇ ਸ਼ੂਟਰ ਆਏ ਵੱਖ-ਵੱਖ ਹਥਿਆਰ ਲੈ ਕੇ ਉਹਨਾਂ ਨੂੰ ਕੋਈ ਟਿਪ ਆਫ ਦਿੱਤੀ ਗਈ ਇੱਕ ਸੈਟਅਪ ਵੀ ਹੋ ਸਕਦਾ ਹੈ ਜਿਸ ਦੇ ਤਹਿਤ ਕਿ ਸਿੱਤੂ ਮੋਸੇਵਾਲਾ ਕਿਹੜੇ ਹਾਲਾਤਾਂ ਦੇ ਤਹਿਤ ਆਪਣੇ ਗਨਮੈਨ ਆਪਣੇ ਕਮਾਂਡੋ ਐ ਆਪਣੀ ਜਿਹੜੀ ਬੁਲੇਟ ਪ੍ਰੂਫ ਗੱਡੀ ਨੂੰ ਆਪਣੇ ਘਰੇ ਛੱਡ ਕੇ ਜਾਂਦਾ ਹੈ ਤੇ ਉਸ ਤੋਂ ਬਾਅਦ ਉਸ ਨੂੰ ਆਪਣੇ ਸਾਹਮਣੇ ਤਿਆਰ ਬਰਤਿਆਰ ਦੋ ਗੱਡੀਆਂ ਵਿੱਚ ਲੈ ਸੋ ਕੇ ਪਰ ਕੇ ਆਏ ਜਿਹੜੇ ਗੈਂਗਸਟਰ ਮਿਲਦੇ ਨੇ ਜੋ ਕਿ ਗੋਲੀਆਂ ਚਲਾਉਣ ਦੇ ਵਿੱਚ ਕੋਈ ਕਸਰ ਹੀ ਨਹੀਂ ਛੱਡਦੇ ਜਿਸ ਤਰੀਕੇ ਨਾਲ ਅੰਨੇਵਾਹ ਗੋਲੀਆਂ ਚਲਾਈਆਂ ਗਿਆ ਉਸ ਤੋਂ ਬਾਅਦ ਸਿੱਧੂ ਮੂਸੇਵਾਲੇ ਦਾ ਬਚਣਾ ਔਖਾ ਹੋ ਜਾਂਦਾ ਹੈ ਲੇਕਿਨ ਇੱਕ ਜਿਹੜਾ ਬਹੁਤ ਵੱਡਾ ਪੁਆਇੰਟ ਇਸ ਦੇ ਵਿੱਚ ਹੈ ਜੋ ਕਿ ਅਸਲ ਕਾਰਨ ਸਿੱਧੂ ਮੂਸੇਵਾਲਾ ਦੀ ਇਸ ਮੌਤ ਦਾ ਬਣਿਆ ਜਾਂ ਉਹ ਸਤਿਆਕਾਂਡ ਦਾ ਬਣਿਆ ਜਿਸ ਕਾਰਨ ਕਿ ਰੰਜੀਸ਼ ਪੁਰਾਣੀ ਹੈ ਦੁਸ਼ਮਣੀ ਪੁਰਾਣੀ ਹੈ ਸਿਕਿਉਰਿਟੀ ਹੁੰਦੀ ਨਾ ਹੁੰਦੀ ਢੇਰ ਸਵੇਰ ਕਦੇ ਨਾ ਕਦੀ ਸਿੱਧੂ ਮੂਸੇਵਾਲਾ ਨੂੰ ਟਾਰਗੇਟ ਕੀਤਾ ਹੀ ਜਾਣਾ ਸੀ ਲਾਰੈਂਸ ਬਿਸ਼ਨੋਈ ਦਾ ਗੈਂਗ ਜਾਂ ਗੋਲਡੀ ਬਰਾੜ ਜੋ ਕਿ ਗੁਰਲਾਲ ਬਰਾੜ ਦਾ ਭਰਾ ਹੈ ਬਾਹਰ ਬੈਠਾ ਆਪਣੇ ਭਰਾ ਦਾ ਬਦਲਾ ਲੈਣਾ ਚਾਹੁੰਦਾ ਹੈ ਤੇ ਉਹ ਮੰਨਦਾ ਹੈ ਇਸ ਚੀਜ਼ ਦੀ ਕਨਵਿਕਸ਼ਨ ਉਸਦੀ ਹੈ ਕਿ ਇਹਨਾਂ ਸਾਰੀਆਂ ਵਾਰਦਾਤਾਂ ਦੇ ਪਿੱਛੇ ਜਿਹੜੇ ਲੱਕੀ ਪਟਿਆਲ ਜਾਂ ਬੰਬੀਹੇ ਗੈਂਗ ਵਰਗੇ ਲੋਕ ਸੁਖਪ੍ਰੀਤ ਬੁੱਡੇ ਦਿਲਪਤ ਬਾਬੇ ਵਰਗੇ ਲੋਕ ਹੈਗੇ ਨੇ ਇਹਨਾਂ ਦੀ ਲੀਗ ਦੇ ਉੱਤੇ ਸੱਟ ਮਾਰਨੀ ਜ਼ਰੂਰੀ ਹੈ ਆਪਸ ਦੀ ਗੈਂਗਵਾਰ ਹੈ ਜਿਸ ਦੇ ਤਹਿਤ ਕੀ ਲੋਕ ਇੱਕ ਦੂਸਰੇ ਨੂੰ ਵੱਡਾ ਕਾਰਨ ਸੀ ਦਿੱਲੀ ਪੁਲਿਸ ਦਾ ਉਹ ਸਪੈਸ਼ਲ ਆਪਰੇਸ਼ਨ ਸੈੱਲ ਦਾ ਯਾਨੀ ਕਿ ਸਪੈਸ਼ਲ ਸੈੱਲ ਦਾ ਉਹ ਗੈਂਗਸਟਰ ਨੂੰ ਫੜਨ ਦਾ ਕਾਰਾ ਜਿਸ ਤੋਂ ਬਾਅਦ ਕਿ ਟਿਪ ਆਫ ਨਿਕਲੀ ਸੀ ਕਿ ਸਿੱਧੂ ਮੂਸੇਵਾਲਾ ਦੇ ਮੈਨੇਜਰ ਜਿਹੜਾ ਸ਼ਗਨਪ੍ਰੀਤ ਹੈ ਉਸ ਦੇ ਤਾਰ ਜਿਹੜੇ ਹੈਗੇ ਨੇ ਜੁੜਦੇ ਨੇ ਵਿੱਕੀ ਮਿੱਡੂ ਖੇੜਾ ਦੀ ਮੌਤੇ ਨਾਲ ਇਹੀ ਕਾਰਨ ਸੀ ਜਿਸ ਤੋਂ ਬਾਅਦ ਕੀ ਗੋਲਡੀ ਬਰਾੜ ਤੇ ਉਹ तमाम ਜਿਹੜੇ ਗੈਂਗਸਟਰ ਜੋ ਕਿ ਲੋਰੈਂਸ ਦੀ ਲੀਗ ਦੇ ਗੈਂਗਸਟਰ ਸਨ ਇਸ ਚੀਜ਼ ਦੀ ਉਡੀਕ ਵਿੱਚ ਸਨ ਕਿ ਸ਼ਾਇਦ ਪੁਲਿਸ ਉਹ ਉਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਕਰੇ ਤੇ ਸਿੱਧੂ ਮੂਸੇਵਾਲਾ ਦੇ ਉੱਤੇ ਵੀ ਕਾਰਵਾਈ ਹੋਏ ਕਿਉਂਕਿ ਇੱਕ ਬਹੁਤ ਸੁਭਾਵਿਕ ਜੀ ਗੱਲ ਸੀ ਜੇ ਸਿੱਧੂ ਮੂਸੇਵਾਲੇ ਦੇ ਮੈਨੇਜਰ ਸ਼ਗਨਪ੍ਰੀਤ ਦਾ ਨਾਸ ਵਿੱਕੀ ਮਿੱਡੂ ਖੇੜਾ ਨੂੰ ਮਾਰਨ ਵਾਲੇ ਸ਼ੂਟਰਾਂ ਨੇ ਆਪਣੇ ਮੂੰਹੋਂ ਦਿੱਲੀ ਪੁਲਿਸ ਦੇ ਸਾਹਮਣੇ ਲਿਆ ਤੇ ਦਿੱਲੀ ਪੁਲਿਸ ਨੇ ਇਸ ਚੀਜ਼ ਦੀ ਜਾਣਕਾਰੀ ਪੰਜਾਬ ਜਾਂ ਮੋਹਾਲੀ ਪੁਲਿਸ ਜੋ ਕਿ ਇਸ ਮਾਮਲੇ ਦੀ ਜਾਂਚ ਕਰ ਰਹੀ ਸੀ ਉਸ ਦਿਨਾਂ ਸਾਂਝੀ ਕੀਤੀ ਤਾਕਿਸਿੱਦੂ ਮੂਸੇਵਾਲੇ ਤੋਂ ਕੋਈ ਇਨਵੈਸਟੀਗੇਸ਼ਨ ਐਂਟੈਰੋਗੇਸ਼ਨ ਬਣਦੀ ਸੀ ਇਹ ਬੜਾ ਵੱਡਾ ਸਵਾਲ ਸੀ ਕਿਉਂਕਿ ਸ਼ਗਨਪ੍ਰੀਤ ਆਸਟ੍ਰੇਲੀਆ ਨਿਕਲ ਚੁੱਕਾ ਸੀ ਤੇ ਸਿੱਧੂ ਮੂਸੇਵਾਲਾ ਪਾਰਤ ਦੇ ਵਿੱਚ ਹੀ ਸੀ ਸਿੱਧੂ ਮੂਸੇਵਾਲਾ ਤੋਂ ਕੋਈ ਪੁੱਛਗਿਛ ਹੋਈ ਇਸ ਚੀਜ਼ ਦੇ ਬਾਰੇ ਕੋਈ ਜਾਣਕਾਰੀ ਸਪਸ਼ਟਾ ਦੇ ਨਾਲ ਨਹੀਂ ਕਹੀ ਜਾ ਸਕਦੀ ਲੇਕਿਨ ਇਸ ਦੌਰਾਨ ਜਿਹੜਾ ਵਿਰੋਧੀ ਗੈਂਗ ਸੀ ਉਹ ਆਪਣਾ ਬਦਲਾ ਲੈਣਾ ਚਾਹ ਰਿਹਾ ਸੀ ਤੇ ਉਹ ਹੁਣ ਮੰਨ ਚੁੱਕਾ ਸੀ ਕਿ ਵੀ ਕੀ ਮਿੱਡੂ ਖੇੜਾ ਦੀ ਹਤਿਆ ਦੇ ਪਿੱਛੇ ਜਿਹੜੇ ਲੋਗ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਜਿਹੜੀ ਸ਼ੈ ਹੈ ਉਹ ਕੁਝ ਅਜਿਹੇ ਹਲਕਿਆਂ ਤੋਂ ਮਿਲ ਰਹੀ ਹੈ ਜੋ ਕਿ ਸਿੱਧੂ ਮੂਸੇਵਾਲੇ ਦੇ ਨਾਲ ਜੁੜੇ ਹੋਏ ਨੇ ਸੋ ਇਸੇ ਕਾਰਨ ਇਹ ਪੂਰੀ ਦੀ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਇਹ ਇੱਕ ਸਿੱਧਾ ਤੇ ਸਪਸ਼ਟ ਕਾਰਨ ਹੈ ਜੋ ਕਿ ਗੋਲਡੀ ਬਰਾੜ ਨੇ ਫੋਨ ਦੇ ਉੱਤੇ ਮੈਨੂੰ ਦੱਸਿਆ ਹੈ ਇਹ ਸਾਰੀਆਂ ਗੱਲਾਂ ਵਾ ਤਾਂ ਹੋਰ ਜਿਹੜੀਆਂ ਅੱਗੇ ਪਿੱਛੇ ਕੀਤੀਆਂ ਗਈਆਂ ਪੰਜਾਬ ਦੀ ਇੱਕ ਗਾਇਕਾ ਦੇ ਨਾਲ ਜੋ ਕਹਾ ਸੁਣੀ ਹੋਈ ਲੱਕੀ ਪਟਿਆਲ ਵੱਲੋਂ ਗੁਰਲਾਲ ਬਰਾੜ ਨੂੰ ਜਿਹੜੀ ਧਮਕੀ ਦਿੱਤੀ ਗਈ ਗੀਤਾਂ ਦੇ ਵਿੱਚ ਸਿੱਧੂ ਮੂਸੇਵਾਲੇ ਨੂੰ ਨਾਚਾਰ ਕਹਿ ਕੇ ਜੋ ਗੁਰਲਾਲ ਬਰਾੜ ਦੇ ਸੰਬੋਧਨ ਕੀਤਾ ਜਿਸ ਤੋਂ ਬਾਅਦ ਕਿ ਸਿੱਧੂ ਮੂਸੇਵਾਲੇ ਨੇ ਵੀ ਮੂੰਹ ਤੋੜਵਾ ਕੇ ਜਵਾਬ ਉਸ ਨੂੰ ਦਿੱਤਾ ਇਹ ਸਾਰੀਆਂ ਗੱਲਾਂ ਬਾਤਾਂ ਐਡੇ ਵੱਡੇ ਫੈਕਟਰ ਨਹੀਂ ਨੇ ਇਹ ਇੱਕ ਦੁਸ਼ਮਣੀ ਨੂੰ ਅੱਗੇ ਖਿੱਚਣ ਤੇ ਵਧਾਉਣ ਵਾਲੀਆਂ ਗੱਲਾਂ ਬਾਤਾਂ ਨੇ ਲੇਕਿਨ ਅਸਲ ਜਿਹੜਾ ਕਾਰਨ ਸੀ ਉਹ ਦਿੱਲੀ ਪੁਲਿਸ ਵੱਲੋਂ ਇੱਕ ਟਿਪ-ਆਫ ਦੇ ਬਾਵਜੂਦ ਵੀ ਸਿੱਧੂ ਮੂਸੇਵਾਲਾ ਤੋਂ ਕੋਈ ਪੁੱਛਗਿੱਛ ਨਾ ਕਰਨਾ ਜਾਂ ਫਿਰ ਉਸ ਨੂੰ ਉਸ ਰਡਾਰੀਆ ਸਕੈਨਰ ਦੇ ਵਿੱਚ ਨਾ ਲੈਣਾ ਇਹ ਇੱਕ ਕਾਰਨ ਗੋਲਡੀ ਬਰਾੜ ਤੇ ਉਸਦੇ ਗੈਂਗ ਜੋ ਕਿ ਬੇਸਿਕਲੀ ਲਾਰੈਂਸ ਬਿਸ਼ਨੋਈ ਦਾ ਗੈਂਗ ਹੈ ਉਸ ਵੱਲੋਂ ਦਿੱਤਾ ਗਿਆ ਹੈ ਤੇ ਦੱਸਿਆ ਗਿਆ ਹੈ ਇਸ ਵਾਰਦਾਤ ਦਾ ਮੇਰੇ ਨਾਲ ਕੁਝ ਹੀ ਮਿੰਟ ਗੋਲਡੀ ਬਰਾੜ ਦੀ ਗੱਲਬਾਤ ਰਹੀ ਹੈ ਤੇ ਜਿੰਨੀ ਵੀ ਜਾਣਕਾਰੀ ਇਹਨਾਂ ਕੁਝ ਮਿੰਟਾਂ ਦੇ ਵਿੱਚੋਂ ਮੈਨੂੰ ਦੇ ਸਕਿਆ ਉਹ ਮੈਂ ਨੋਟ ਕੀਤੀ ਜਿੰਨੀ ਵੀ ਮੈਂ ਚੋਸ ਨਾਲ ਸੋਚ ਸਕਦਾ ਸੀ ਕੁਝ ਚੀਜ਼ਾਂ ਮੈਂ ਮੈਮੋਰਾਇਜ਼ ਕੀਤੀਆਂ ਜਿਸ ਦੇ ਬੇਸ ਉੱਤੇ ਮੈਂ ਰਿਪੋਰਟ ਬਣਾ ਰਿਹਾ ਹਾਂ ਇਹ ਸਾਰੀ ਦੀ ਸਾਰੀ ਜਾਂਚ ਪੜਤਾਲ ਜਿਹੜੀ ਹੈ ਉਹ ਪੁਲਿਸ ਵੱਲੋਂ ਕੀਤੀ ਜਾਣੀ ਹੈ ਪੰਜਾਬ ਦੇ ਡੀਜੀਪੀ ਸਾਹਿਬ ਨੇ ਇੱਕ ਵਨ ਲਾਈਨਰ ਦੱਸਿਆ ਹੈ ਸ਼ਾਇਦ ਉਸ ਦੇ ਵਿੱਚ ਇੱਕੋ ਗਲਤ ਗੈਂਗਸਟਰ ਦਾ ਨਾਮ ਲੱਕੀ ਦਾ ਨਾਮ ਕੈਨੇਡਾ ਬੇਸ ਦੱਸ ਗਏ ਨੇ ਜਦੋਂ ਕਿ ਬੇਸਿਕਲੀ ਇਸ ਵਾਰਦਾਤ ਦੀ ਜ਼ਿੰਮੇਵਾਰੀ ਕਬੂਲਨ ਵਾਲਾ ਗੋਲਡੀ ਬਰਾੜ ਹੈ ਗੋਲਡੀ ਬਰਾੜ ਆਪਣੇ ਮੂੰਹੋਂ ਕਹਿੰਦਾ ਹੈ ਕਿ ਬੀਤੇ ਕੁਝ ਸਾਲਾਂ ਦੇ ਵਿੱਚ ਉਹ ਤਕਰੀਬਨ 25 ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦੋਆ ਚੁੱਕਾ ਹੈ ਲekin ਉਸ ਦਾ ਇਹ ਵੀ ਕਹਿਣਾ ਹੈ ਕਿ ਉਸ ਦਾ ਨਾਂ ਜਾਣਬੁੱਝ ਕੇ ਉੱਪਰ ਨਹੀਂ ਦਿੱਤਾ ਜਾਂਦਾ ਕਿਉਂਕਿ ਉਸ ਦੇ ਵਿਰੋਧੀ ਗੈਂਗ ਤੇ ਜਿਹੜੇ ਵੀ ਲੋਕ ਉਹਨਾਂ ਦੇ ਨਾਲ ਯਾਨੀ ਕਿ ਪ੍ਰਭਾਵਸ਼ਾਲੀ ਅਸਰ ਰਸੂਕਤਾਰ ਅੰਸਰ ਜੁੜੇ ਹੋਏ ਨੇ ਉਹ ਕਦੇ ਵੀ ਉਹਨਾਂ ਨੂੰ ਲਾਈਮਲਾਈਟ ਦੇ ਵਿੱਚ ਆਉਂਦਾ ਦੇਖਣਾ ਨਹੀਂ ਚਾਹੁੰਦੇ ਇਹੀ ਕਾਰਨ ਹੈ ਜਿਸ ਕਰਕੇ ਸ਼ਾਇਦ ਲਾਈਵ ਨਾਈਟ ਦੇ ਵਿੱਚ ਆਨ ਲਈ ਵੀ ਇਹ ਕਤਲ ਕੀਤਾ ਗਿਆ ਹੋ ਸਕਦਾ ਹੈ ਉਹ ਇੱਕ ਵੱਖਰਾ ਫੈਕਟਰ ਹੈ ਕਿ ਗੁਰਲਾਲ ਬਰਾੜ ਦੀ ਹਤਿਆ ਉਹ ਕਿਉ ਮਿੱਡੂ ਖੇੜਾ ਦੀ ਹਤਿਆ ਜਾਂ ਸੰਦੀਪ ਨੰਗਲ ਦਾ ਜਿਹੜਾ ਮਰਡਰ ਹੁੰਦਾ ਹੈ ਇਹ ਸਾਰੀ ਅਜਿਹੀ ਸੀਰੀਜ਼ ਸੀ ਜਿਸ ਵਿੱਚ ਲੋਰੈਂਸ ਦੇ ਗੈਂਗ ਤੇ ਉਹਨਾਂ ਦੇ ਗੈਂਗ ਦੇ ਨਾਲ ਕਿਸੇ ਸਮੇਂ ਜੁੜੇ ਰਹੇ ਇਹ ਉਹ ਲੋਕ ਸਨ ਜੋ ਕਿ ਇੱਕ ਇੱਕ ਕਰਕੇ ਟਾਰਗੇਟ ਕੀਤੇ ਗਏ ਮੈਂ ਕੁਝ ਮਹੀਨੇ ਪਹਿਲਾਂ ਜਿਹੜੀ ਆਪਣੀ ਰਿਪੋਰਟ ਨਸ਼ਰ ਕੀਤੀ ਸੀ ਉਸ ਦੇ ਵਿੱਚ ਇਸ ਚੀਜ਼ ਦਾ ਅਫਸੋਸ ਜਤਾਇਆ ਸੀ कि ਜਿਹੜੇ ਨਿਸ਼ਾਨੇ ਤੇ ਲੋਕ ਆ ਰਹੇ ਨੇ ਉਹ ਸੌਫਟ ਟਾਰਗੇਟਸ ਨੇ ਯਾਨੀ ਕਿ ਉਹ ਲੋਕ ਜੋ ਕੋਈ ਸਟੂਡੈਂਟ ਲੀਡਰ ਹੈ ਜਦਾ ਤਾਂ ਸਟੂਡੈਂਟ ਲੀਡਰ ਮਾਰੇ ਗਏ ਨੇ ਕੋਈ ਬਿਜ਼ਨਸਮੈਨ ਹੈ ਕੋ ਯੂਥ ਕਾਂਗਰਸ ਦਾ ਲੀਡਰ ਹੈ ਕੋਈ ਗਾਇਕ ਹੈ ਮਨਕੀਰਤ ਆਲਖ ਦੇ ਉੱਤੇ ਇਸ ਵਕਤ ਇੱਕ ਬਹੁਤ ਮੇਜਰ ਥਰੈਟ ਪਰਸਪੈਕਸ਼ਨ ਹੈ ਨਾ ਪਹਿਲਾਂ ਰਿਪੋਰਟ ਬਣਾ ਚੁੱਕਾ ਹੈ ਮਨਕੀਰਤ ਆਲਖ ਕੁਡ ਬੀ ਦ ਨੈਕਸਟ ਟਾਰਗੇਟ ਸੋ ਉਸ ਦੀ ਹਫਾਜ਼ਤ ਇਸ ਵਕਤ ਇੱਕ ਬਹੁਤ ਮਹੱਤਵਪੂਰਨ ਗੱਲਬਾਤ ਹੈ ਕਿਉਂਕਿ ਇਹ ਜਿਹੜੀ ਸੀਰੀਜ਼ ਹੈ ਗੈਂਗਵਾਰ ਦੀ ਇਹ ਜਿਹੜੇ ਇੱਕ ਦੂਸਰੇ ਉਤੇ ਹਮਲਿਆਂ ਦਾ ਜਿਹੜਾ ਦੌਰ ਹੈ ਇਹ ਇਸਨਾਲੀ ਗੋਲਦੀ ਬਰਾੜ ਵਰਗੇ ਲੋਕ ਜੋ ਕਿ ਇਸ ਵਕਤ ਕੈਨੇਡਾ ਬੈਠੇ ਨੇ ਜਾਂ ਫਿਰ ਲੱਕੀ ਪਟਿਆਲਾ ਅਰਮੀਨੀਆ ਬੈਠਾ ਹੈ ਇਹ ਦੋ ਅਜੇ ਹੇ ਅਨਸਰ ਨੇ ਜਿਨ੍ਹਾਂ ਨੂੰ ਇਸ ਵਕਤ ਕੰਟਰੋਲ ਵਿੱਚ ਕਰਨਾ ਹੈ ਕਾਬੂ ਕਰਨਾ ਪੰਜਾਬ ਪੁਲਿਸ ਲਈ ਬੜੀ ਵੱਡੀ ਚੁਣੌਤੀ ਬਣ ਚੁੱਕੀ ਹੈ ਕੈਨੇਡਾ ਦੇ ਵਿੱਚ ਕੋਈ ਵੀ ਗੈਂਗਸਟਰ ਜਾ ਕੇ ਬਹੁਤ ਹੀ ਸੌਕੇ ਤਰੀਕੇ ਨਾਲ ਇੱਕ ਸੇਫ ਹੈਵਨ ਲੈ ਕੇ ਬੈਠ ਜਾਂਦਾ ਹੈ ਇੱਕ ਬੜਾ ਵੱਡਾ ਸੋਚਣ ਦਾ ਵਿਸ਼ਾ ਹੈ ਪੰਜਾਬ ਦੇ ਵਿੱਚ ਜੋ ਹਤਿਆਵਾਂ ਹੋ ਰਹੀਆਂ ਨੇ ਕਿਉਂਕਿ ਅੱਜ ਦੀ ਰਿਪੋਰਟ ਦੇ ਵਿੱਚ ਮੈਂ ਸਿਕਿਉਰਿਟੀ ਤੇ ਪੋਲਿਟੀਕਲ ਐਂਗਲ ਦੀ ਗੱਲ ਨਹੀਂ ਕਰਾਂਗਾ ਮੈਂ ਕੱਲ ਕਰ ਚੁੱਕਾ ਤਾਂ ਸ਼ਾਇਦ ਆਉਣ ਵਾਲੇ ਦਿਨ ਦੇ ਵਿੱਚ ਮੈਂ ਉਹ ਗ ਇਸ ਗੈਂਗਵਾੜ ਦਾ سلسلہ ਰੁਕਣਾ ਨਹੀਂ ਸੀ ਇੱਕ ਹੱਤਿਆ ਹੁੰਦੀ ਹੈ ਉਸ ਦੀ ਇੱਕ ਕਾਊਂਟਰ ਲੈਸ਼ ਦੇ ਰੂਪ ਵਿੱਚ ਹੱਤਿਆਵਾਂ ਦਾ ਇੱਕ سلسلہ ਸ਼ੁਰੂ ਹੋ ਜਾਂਦਾ ਹੈ ਜੋ ਕਿ ਅੱਜ ਤੱਕ ਰੁਕ ਨਹੀਂ ਰਿਹਾ ਤੇ ਮੈਂ ਆਪਣੀਆਂ ਅਲੱਗ-ਅਲੱਗ ਰਿਪੋਰਟਾਂ ਦੇ ਵਿੱਚ ਇੱਕ-ਇੱਕ ਕਰਕੇ ਇਹਨਾਂ ਘਟਨਾਵਾਂ ਦੇ ਉੱਤੇ ਗੱਲ ਵੀ ਕੀਤੀ ਹੈ ਸਮੂਹਿਕ ਤੌਰ ਤੇ ਇਹਨਾਂ ਨੂੰ ਸ਼ੋਕੇਸ ਕਰਨ ਦੀ ਕੋਸ਼ਿਸ਼ ਇਸ ਵਾਸਤੇ ਕੀਤੀ ਹੈ ਕਿ ਸਾਡੇ ਕੋਲ ਇੱਕ ਸਮਝ ਬਣ ਸਕੇ ਕਿ ਆਖਰ ਹੋ ਕੀ ਰਿਹਾ ਹੈ ਇਹ ਇੱਕ ਅਜਿਹੀ ਘਟਨਾ ਨਹੀਂ ਹੈ ਜੋ ਕਿ ਇੱਕ ਦਿਨ ਕੁਝ ਗੈਂਗਸਟਰ ਆਂਦੇ ਨੇ ਤੇ ਸਿੱਧੂ ਮੂਸੇਵਾਲੇ ਨੂੰ ਮਾਰ ਕੇ ਚਲੇ ਜਾਂਦੇ ਨੇ ਅੱਜ ਪਰਮਾਤਮਾ ਅੱਗੇ ਬੇਨਤੀ ਇਹ ਹੀ ਕੀਤੀ ਜਾ ਸਕਦੀ ਹੈ ਅਰਦਾਸ ਇਹੀ ਕੀਤੀ ਜਾ ਸਕਦੀ ਹੈ ਕਿ ਪਰਮਾਤਮਾ ਸਿੱਧੂ ਮੂਸੇਵਾਲਾ ਉਹਨਾਂ ਦੇ ਫੈਨਸ ਉਹਨਾਂ ਦੇ ਪਰਿਵਾਰ ਨੂੰ ਇਹ ਜਿਹੜਾ ਪਾਣਾ ਵਾਪਰਿਆ ਹੈ ਇਸ ਨੂੰ ਸਹਿਣ ਕਰਨ ਦਾ ਬਲ ਬਖਸ਼ਣ ਇੱਕ ਅਜੀਹੀ ਮੌਤ ਹੈ ਜਿਹਹਾ ਮੈਂ ਤਾਂ ਇਸ ਨੂੰ ਮੈਡਨੈਸ ਕਹਿਣਾ ਹੈ ਜਿਹਹਾ ਹਤਿਆਕਾਂਡ ਹੈ ਕਿਉਂਕਿ ਬਿਲਕੁਲ ਬੇਲੋੜਾ ਹੈ ਇਸ ਤਰੀਕੀਆਂ ਛੋਟੀਆਂ-ਛੋਟੀਆਂ ਗੱਲਾਂ ਜਾਂ ਫਿਰ ਉਹ ਜਿਹੜੀ ਸੀਰੀਜ਼ ਹੈਗੀਆਂ ਉਸ ਦੇ ਵਿੱਚ ਇਨਵੋਲ ਹੋ ਕੇ ਅਸੀਂ ਇਸ ਸਿਲਸਲੇ ਨੂੰ ਰੁਕਦਾ ਹੋਇਆ ਨਹੀਂ ਵੇਖ ਪਾ ਰਹੇ ਇਸ ਦੇ ਵਿੱਚ ਪੁਲਿਸ ਕੀ ਕਰੇ ਤਮਾਮ ਉਸ ਸਟੇਟ ਆਫ ਹੈਵੀ ਯਾ ਹਾਈ ਅਲਰਟ ਦੇ ਬਾਵਜੂਦ ਵੀ ਜ ਅਜੇ ਹੀਆਂ ਵਾਰਦਾਤਾਂ ਹੁੰਦੀਆਂ ਨੇ ਸਾਡੀ ਪੁਲਿਸ ਤੇ ਸਾਡੀ ਸੁਰੱਖਿਆ ਏਜੰਸੀਆਂ ਬਿਲਕੁਲ ਹੱਥ ਖੜੇ ਕਰਦੀਆਂ ਹੋਈਆਂ ਦਿਖ ਰਹੀਆਂ ਨੇ ਇਹਨਾਂ ਗੈਂਗਸਟਰਾਂ ਦਾ ਜਿਹੜਾ ਅਤਵਾਦ ਹੈ ਮੈਂ ਇਸ ਨੂੰ ਅਤਵਾਦ ਕਹਾंगा ਉਹ ਰੁਕਣ ਦਾ ਨਾਂ ਨਹੀਂ ਲੈ ਰਹਾ ਤੇ ਜੇ ਉਸ ਵਿੱਚ ਇੰਨੀਆਂ ਹਾਈ ਪ੍ਰੋਫਾਈਲ ਹਿੱਟਸ ਕੀਤੀਆਂ ਜਾ ਰਹੀਆਂ ਨੇ ਤੁਸੀਂ ਕਿਸੇ ਹੋਰ ਸੂਬੇ ਹਰਿਆਣਾ ਦਿੱਲੀ ਦੇ ਵਿੱਚ ਬਹੁਤ ਗੈਂਗਸਟਰ ਹੈਗੇ ਨੇ ਐਨਸੀਆਰ ਦੇ ਵਿੱਚ ਰਾਜਸਥਾਨ ਦੇ ਵਿੱਚ ਯੂਪੀ ਦੇ ਵਿੱਚ ਤਾਂ ਚੱਲ ਨਹੀਂ ਰਹੇ ਲੇਕਿਨ ਕਦੇ ਤੁਸੀਂ ਉਹਨਾਂ ਰਾਜਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਹਾਈ ਪ੍ਰੋਫਾਈਲ ਲੋਕਾਂ ਨੂੰ ਟਾਰਗੇਟ ਹੁੰਦੇ ਹੋਏ ਵੇਖਿਆ ਹੈ ਇੱਥੇ ਥੋੜੀ ਜੀ ਸਮਝਣ ਵਾਲੀ ਗੱਲ ਇਹ ਵੀ ਹੈ ਕਿ ਗੈਂਗਸਟਰਾਂ ਦੇ ਨਾਲ ਜਿਹੜਾ ਹੌਬਨੌਬ ਕਰਨਾ ਹੈ ਯਾਨੀ ਕਿ ਉਹਨਾਂ ਦੇ ਨਾਲ ਜਿਹੜੀ ਸਾਂਝ ਅੰਦਰ ਖਾਤੇ ਰਹਿੰਦੀ ਹੈ ਇੱਕ ਉਗਾਹੀ ਦਾ ਇੱਕ ਐਕਸਟਰਸ਼ਨ ਦਾ ਰੰਗਦਾਰੀ ਦਾ ਇੱਕ ਬੜਾ ਲੰਬਾ ਚ ਕੀ ਬਹੁਤ ਕਟਾ ਸਿੰਗਰ ਨੇ ਬਹੁਤ ਕਟ ਅਜਿਹੇ ਫਨਕਾਰ ਹੈਗੇ ਨੇ ਜੋ ਕਿ ਇਹਨਾਂ ਗੈਂਗਸਟਰਾਂ ਦੇ ਸਾਹਮਣੇ ਅੜੇ ਤੇ ਖੜੇ ਗੀਪੀ ਗਰੇਵਾਲ ਵਰਗੇ ਕੁਝ ਚੁਣਿੰਦਾ ਨਾ ਹੀ ਲਏ ਜਾ ਸਕਦੇ ਨੇ ਨਹੀਂ ਤਾਂ ਪਰਮੇਸ਼ਰ ਬ੍ਰਹਮਾ ਵਰਗਿਆਂ ਨੂੰ ਵੀ ਜੇ ਗੋਲੀਆਂ ਮਾਰੀਆਂ ਗਈਆਂ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਕਈ-ਕਈ ਲੱਖ ਰੁਪਏ ਉਸ ਰੰਗਦਾਰੀ ਦੇ ਲੱਕੀ ਪਟਿਆਲ ਵਰਗਿਆਂ ਨੂੰ ਦੇਣੇ ਪਏ ਸੋ ਇੱਕ ਬਹੁਤ ਵੱਡਾ ਨੈਕਸਸ ਹੈ ਅੰਡਰ ਕਰੰਟ ਇੱਕ ਬਹੁਤ ਵੱਡਾ ਹੈ ਜ਼ਮੀਨ ਦੇ ਥੱਲੇ ਬਹੁਤ ਕੁਝ ਹੈ ਤੇ ਆਪਾਂ ਇਹਨਾਂ ਚੀਜ਼ਾਂ ਨੂੰ ਜ਼ਿਆਦਾ ਸਮੇਂ ਤੱਕ ਇਗਨੋਰ ਨਹੀਂ ਕਰ ਸਕਦੇ ਇਹਨਾਂ ਚੀਜ਼ਾਂ ਨੂੰ ਅੰਡਰਐਸਟੀਮੇਟ ਵੀ ਨਹੀਂ ਕਰ ਸਕਦਾ ਪੁਲਿਸ ਤੇ ਸਾਡੀ ਸੁਰੱਖਿਆ ਏਜੰਸੀਆਂ ਨੂੰ ਹੋਰ ਸ਼ਕਤੀ ਦੀ ਲੋੜ ਹੈ ਐਂਟੀ ਗੈਂਗਸਟਰ ਟਾਸਕ ਫੋਰਸ ਪੰਜਾਬ ਦੇ ਵਿੱਚ ਨਵੀਂ ਬਣੀ ਹੈ ਲੇਕਿਨ ਪੰਜਾਬ ਦੇ ਵਿੱਚ ਇਸ ਸਰਕਾਰ ਦੇ ਆਉਂਦਿਆਂ ਹੀ ਜਦੋਂ ਮਾਰਚ ਦੇ ਮਹੀਨੇ ਦੇ ਵਿੱਚ ਸੌ ਚੁੱਕਣ ਤੋਂ ਇੱਕ ਦੋ ਦਿਨ ਪਹਿਲਾਂ ਸੰਦੀਪ ਨੰਗਲੰਬਿਆ ਦੀ ਹੱਤਿਆ ਹੁੰਦੀ ਹੈ ਉਸ ਤੋਂ ਬਾਅਦ ਪੈਂਟੇ ਦਾ ਮਰਡਰ ਹੁੰਦਾ ਹੈ ਉਸ ਤੋਂ ਬਾਅਦ ਸਿੱਧੂ ਮੂਸੇਵਾਲੇ ਨੂੰ ਜਿਸ ਤਰੀਕੇ ਨਾਲ ਮਾਰਿਆ ਗਿਆ ਸਥਿਤੀ ਬੜੀ ਸਪਸ਼ਟ ਹੈ ਕਲੀਅਰ ਹੈ ਕਿ ਤਾਕਤਾਂ ਆਂਟੀ ਗੈਂਗਸਟਰ ਟਾਸ ਫੋਰਸਾਂ ਜਿੰਨੀਆਂ ਮਰਜ਼ੀ ਬਣਾ ਲਓ ਲੇਕਿਨ ਤੁਹਾਨੂੰ ਇਸ ਸੰਗਠਿਤ ਅਪਰਾਧ ਦੇ ਨਾਲ ਲੜਨ ਲਈ ਮਲਟੀ ਪ੍ਰਾਂਗ ਸਟ੍ਰੈਟਜੀ ਚਾਹੀਦੀ ਹੈ ਜੇਲ੍ਹਾਂ ਦੇ ਵਿੱਚ ਲਾਰੈਂਸ ਬਿਸ਼ਨੋਈ ਐ ਜੱਗੂ ਭਗਵਾਨਪੂਰੀ ਵਰਗੇ ਆਲਰੇਡੀ ਗੈਂਗਸਟਰ ਬੈਠੇ ਨੇ ਤੇ ਉਹ ਸੋਸ਼ਲ ਮੀਡੀਆ ਦੇ ਉੱਤੇ ਇਸ ਦੀ ਜ਼ਿੰਮੇਵਾਰੀ ਲੈ ਰਹੇ ਨੇ ਲੇਕਿਨ ਤੁਸੀਂ ਉਹਨਾਂ ਦੇ ਜ਼ਰੀਏ ਕੁਝ ਵੀ ਹਾਸਲ ਨਹੀਂ ਕਰ ਪਾਉਂਗੇ ਉਹਨਾਂ ਨੂੰ ਪ੍ਰੋਡਕਸ਼ਨ ਰਿਮਾਂਡਸ ਦੇ ਉੱਤੇ ਪੰਜਾਬ ਪੁਲਿਸ ਲਿਆਏਗੀ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਏਗੀ ਅਦਾਲਤਾਂ ਦੇ ਵਿੱਚ ਨਾ ਤਾਂ ਉਹਨਾਂ ਦੇ ਖਿਲਾਫ ਗਵਾਹ ਹੋਣਗੇ ਤੇ ਨਾ ਹੀ ਉਹ ਕਿਸੇ ਨੂੰ ਗਵਾਹੀ ਆਪਣੇ ਖਿਲਾਫ ਦੇਣ ਦੇਣਗੇ ਇਸ ਦੇ ਇਸ ਦੇ ਇਸ ਤੋਂ ਇਲਾਵਾ ਉਹਨਾਂ ਦਾ ਇਹ ਕਹਿਣਾ ਕਿ ਉਹ ਜੇਲ੍ਹਾਂ ਦੇ ਵਿੱਚ ਬੈਠੇ ਨੇ ਇਹ ਵਾਰਦਾਤਾਂ ਕਿਵੇਂ ਅੰਜਾਮ ਦਵਾ ਸਕਦੇ ਨੇ ਕਿਵੇਂ ਟੈਲੀਫੋਨਾਂ ਦੇ ਉੱਤੇ ਬਾਹਰਲੇ ਆਪਣੇ ਮੋਡਿਊਲਸ ਦੇ ਨਾਲ ਸੰਪਰਕ ਦੇ ਵਿੱਚ ਹੋ ਸਕਦੇ ਨੇ ਇਸ ਚੀਜ਼ ਨੂੰ ਅਦਾਲਤਾਂ ਦੇ ਵਿੱਚ ਸਥਾਪਿਤ ਨਹੀਂ ਕੀਤਾ ਜਾ ਸਕਦਾ ਸੋ ਇਹਨਾਂ ਇਨਵੈਸਟੀਗੇਸ਼ਨਸ ਦੇ ਵਿੱਚ ਬਹੁਤ ਔਕੜਾਂ ਤੇ ਦਿੱਕਤਾਂ ਆਉਣ ਵਾਲੀਆਂ ਨੇ ਲੇਕਿਨ ਹੁਣ ਪੂਰਾ ਦਾ ਪੂਰਾ ਫੋਕਸ ਕਿਤੇ ਨਾ ਕਿਤੇ ਗੋਲਡੀ ਬਰਾਡ ਤੇ ਆ ਗਿਆ ਹੈ ਜੋ ਕਿ ਅੱਜ ਤੱਕ ਪਬਲਿਕ ਡੋਮੇਨ ਦੇ ਵਿੱਚ ਨਹੀਂ ਸੀ ਮੈਂ ਵੀ ਰਿਪੋਰਟਾਂ ਦੇ ਵਿੱਚ ਉਸ ਦਾ ਜ਼ਿਕਰ ਕੀਤਾ ਹੈ ਲੇਕਿਨ ਉਸ ਦੀ ਕਦੀ ਕੋਈ ਤਸਵੀਰ ਨਹੀਂ ਮੇਂ ਦਿਖਾਈ ਤੇ ਮੈਂ ਕਦੀ ਵੀ ਉਸ ਨੂੰ ਉਸ ਤਰੀਕੇ ਨਾਲ ਨਹੀਂ ਲਿਆ ਲੇਕਿਨ ਇਸ ਵੱਡੀ ਵਾਰਦਾਤ ਦੀ ਜ਼ਿੰਮੇਵਾਰੀ ਖੁਦ ਗੋਲਡੀ ਬਰਾਡ ਨੇ ਕਬੂਲੀ ਹੈ ਗੋਲਡੀ ਬਰਾਡ ਦੇ ਥੋੜਾ ਜਿਹਾ ਹੋਰ ਬੈਕਗ੍ਰਾਉਂਡ ਦੇ ਵਿੱਚ ਜਾਣ ਦੀ ਆਣ ਵਾਲੀ ਰਿਪੋਰਟਾਂ ਦੇ ਵਿੱਚ ਕੋਸ਼ਿਸ਼ ਕਰਾਂਗਾ ਲੇਕਿਨ ਅੱਜ ਦੀ ਰਿਪੋਰਟ ਜਿਸ ਦੇ ਵਿੱਚ ਕੀ ਥੋੜਾ ਜਿਹਾ ਮੈਂ ਬੈਕਗ੍ਰਾਉਂਡ ਦੇਣਾ ਜ਼ਰੂਰੀ ਸੀ ਕਿਸ ਤਰੀਕੇ ਦੀ ਇਹ ਗੈਂਗਵਾਰ ਹੈ ਤੇ ਗੋਲਡੀ ਬਰਾਡ ਨੇ ਜਿਹੜੇ ਖੁਲਾਸੇ ਕੀਤੇ ਨੇ ਆ ਜੋ ਚੀਜ਼ ਮੰਨੀ ਹੈ ਮੇਰੇ ਨਾਲ ਟੈਲੀਫੋਨ ਦੇ ਉੱਤੇ ਉਸ ਤੋਂ ਬਾਅਦ ਇਹ ਪੂਰੀ ਦੀ ਪੂਰੀ ਗ ਕਿਉਂਕਿ ਹੋਰ ਬਥੇਰੀਆਂ ਗੱਲਾਂ ਬਾਤਾਂ ਹੋ ਸਕਦੇ ਨੇ ਜਿਨ੍ਹਾਂ ਨੂੰ ਹੋਰ ਥੋੜਾ ਜਿਹਾ ਵੈਰੀਫਾਈ ਇਨਵੈਸਟੀਗੇਟ ਕਰਾਂਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਹੋਰ ਬਹੁਤ ਹੀ ਮਹੱਤਵਪੂਰਨ ਰਿਪੋਰਟਸ ਹੋਣਗੀਆਂ ਐਸੀ ਹੱਤਿਆਕਾਂਡ ਦੇ ਨਾਲ ਜੁੜੇ ਹੋਏ ਕੁਝ ਹੋਰ ਅਜਿਹੇ ਐਸਪੈਕਟਸ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਤੁਹਾਡੇ ਸਾਹਮਣੇ ਕਰਾਂਗਾ ਰਿਤੇਸ਼ ਲਖੇਨ ਪਲਗ ਨਾਲ ਬਨੇ ਰਹੋ ਤੇ ਇਸ ਚੈਨਲ ਨੂੰ ਵੇਖਦੇ ਰਹੋ ਥੈਂਕ ਯੂ ਸੋ ਮੱਚ ਇੱਕ ਬਹੁਤ ਹੀ ਮਾੜਾ ਦਿਨ ਹੈ ਇੱਕ ਬਹੁਤ ਹੀ ਵਿਅਕਤੀਗਤ ਤੌਰ ਤੇ ਮੈਂ ਦੱਸਾਂ ਮੈਂ ਕਦੇ ਸਿੱਧੂ ਮੂਸੇਵਾਲੇ ਨੂੰ ਮਿਲਿਆ ਨਹੀਂ ਮੈਂ ਉਸ ਨੂੰ ਕਦੇ ਇੰਟਰਵਿਊ ਨਹੀਂ ਕੀਤਾ ਮੈਂ ਉਸ ਦੀ ਇੰਟਰਵਿਊ ਅਕਸਰ ਸੁਣੀਆਂ ਨੇ ਕਿਉਂਕਿ ਜਿਹੜਾ ਸਾਡਾ ਦੌਰ ਰਿਹਾ ਉਸ ਦੌਰਾਨ ਜਦੋਂ ਮੈਂ ਫੀਲਡ ਰਿਪੋਰਟਿੰਗ 'ਚ ਰਿਹਾ ਹਾਂ ਮੈਨੂੰ ਕਦੇ ਮੌਕਾ ਨਹੀਂ ਮਿਲਿਆ ਸਾਰੇ ਪੁਰਾਣੇ ਜਿਹੜੇ ਸਿੰਗਰ ਕਲਾਕਾਰ ਫਨਕਾਰ ਉਹਨਾਂ ਦੇ ਨਾਲ ਹੀ ਗੱਲਬਾਤ ਕਰਨ ਦਾ ਮੌਕਾ ਮਿਲਿਆ ਹੈ ਲੇਕਿਨ ਸਿੱਧੂ ਮੂਸੇਵਾਲਾ ਨਾਲ ਮੈਂ ਕਦੇ ਗੱਲਬਾਤ ਨਹੀਂ ਕੀਤੀ ਇੱਕ ਦੋ ਮੇਰੇ ਵੀਡੀਓਜ਼ ਜ਼ਰੂਰ ਸੀ ਜੋ ਕਿ ਸਿੱਧੂ ਮੂਸੇਵਾਲਾ ਉਹਨਾਂ ਨੇ ਆਪਣੇ ਇੰਸਟਾ ਪ੍ਰੋਫਾਈਲ ਦੇ ਉੱਤੇ ਸਟੋਰੀਜ਼ ਦੇ ਵਿੱਚ ਇਸ ਤਰ੍ਹਾਂ ਕਹਿੰਦੇ ਉਹ ਪਾਏ ਜਿਸ ਤੋਂ ਬਾਅਦ ਕੀ ਉਹਨਾਂ ਦੇ ਕਈ ਫੈਨਸ ਵੀ ਇਸ ਚੈਨਲ ਦੇ ਨਾਲ ਜੁੜੇ ਲੇਕਿਨ ਪੱਤਰਕਾਰਾਂ ਦੇ ਰੂਪ ਵਿੱਚ ਇੱਕ ਪੱਤਰਕਾਰ ਦੇ ਰੂਪ ਵਿੱਚ ਮੈਨੂੰ ਬਹੁਤ ਹੀ ਡਿਸਪੈਸ਼ਨੇਟਲੀ ਇਸ ਗੱਲਬਾਤ ਨੂੰ ਜਾਂ ਉਹ ਗੱਲਾਂ ਬਾਤਾਂ ਵੀ ਤੁਹਾਡੇ ਸਾਹਮਣੇ ਸ਼ਾਇਦ ਅੱਜ ਰੱਖਣੀਆਂ ਪਈਆਂ ਜੋ ਕਿ ਗੋਲਡੀ ਬਰਾੜ ਨੇ ਮੈਨੂੰ ਦੱਸੀਆਂ ਇਹ ਉਸ ਦਾ ਵਿਊ ਹੈ ਤੇ ਇਹ ਗੱਲਾਂ ਬਾਤਾਂ ਸ਼ਾਇਦ ਕੁਝ ਲੋਕਾਂ ਨੂੰ ਠੀਕ ਵੀ ਨਾ ਲੱਗਣ ਜਾਂ ਹੋ ਸਕਦਾ ਹੈ ਲੋਕ ਐਡੇ ਆਹਾਤ ਨਹੀਂ इमोशनल ਤੌਰ ਦੇ ਉੱਤੇ ਐਡੀ 60 ਵਜੇ ਕਿ ਲੋਕ ਦੁਖੀ ਮਹਿਸੂਸ ਕਰ ਰਹੇ ਨੇ ਅੰਦਰੋਂ ਮੈਨੂੰ ਦੁੱਖ ਹੈ ਇਸ ਚੀਜ਼ ਦਾ ਬਹੁਤ ਦੁੱਖ ਹੈ ਕਿਉਂਕਿ ਇਹ ਇਸ ਤਰੀਕੇ ਦੇ ਫਨਕਾਰਾਂ ਨੂੰ ਸਿੰਗਰਸ ਨੂੰ ਤਾਂ ਜਿਹੜਾ 295 ਆਰਟੀਕਲ ਉੱਤੇ ਜਿਹੜਾ ਗਾਣਾ ਸੀਗਾ ਮੈਂ ਖੁਦ ਕਈ ਵਾਰ ਸੁਣਿਆ ਮੈਂ ਆਪਣੇ ਬੱਚਿਆਂ ਨੂੰ ਵੀ ਉਸ ਗਾਣੇ ਨੂੰ ਸੁਣਾਇਆ ਕਿਸ ਤਰੀਕੇ ਨਾਲ ਸਮਾਜਿਕ ਸਰੋਕਾਰਾਂ ਦੇ ਨਾਲ ਜੋੜ ਕੇ ਵੀ ਇੱਕ ਚੰਗੀ ਗਾਇਕੀ ਕੀਤੀ ਜਾ ਸਕਦੀ ਹੈ ਤੇ ਅੰਦਰ ਦਾ ਜਿਹੜਾ ਇੱਕ ਯੁਵਾ ਦੇ ਅੰਦਰ ਦਾ ਜਿਹੜਾ ਐਂਗਸਟ ਹੈ ਗੁੱਸਾ ਹੈ ਅਕਰੋਸ਼ ਹੈ ਉਸ ਨੂੰ ਵੀ ਇੱਕ ਐਕਸਪ੍ਰੈਸ਼ਨ ਸੰਗੀਤ ਦੇ ذریعے ਦਿੱਤਾ ਜਾ ਸਕਦਾ ਹੈ ਇਹ ਸਿੱਧੂ ਮੂਸੇਵਾਲਾ ਨੇ ਇਸ ਨਵੀਂ ਪੀੜੀ ਤੇ ਜਿਹੜੀ ਗਾਇਕੀ ਹੈ ਉਸ ਦੇ ਵਿੱਚ ਸਾਡੇ ਸਾਹਮਣੇ ਰੱਖਿਆ ਸੋ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਉਹਨਾਂ ਦੇ ਸਾਰੇ ਫੈਨਸ ਤੇ ਉਹਨਾਂ ਦੇ ਪਰਿਵਾਰ ਲਈ ਪੂਰੀਆਂ ਸੰਵੇਦਨਾਵਾਂ ਤੇ ਅਸੀਂ ਆਸ ਤੇ ਅਰਦਾਸ ਇਹੀ ਕਰਦੇ ਹਾਂ ਕਿ ਪਰਮਾਤਮਾ ਸਿੱਧੂ ਮੂਸੇਵਾਲਾ ਹੁਣਾਂ ਦੀ ਜਿਹੜੀ ਆਤਮਾ ਹੈ ਉਸ ਨੂੰ ਸ਼ਾਂਤੀ ਦੇ ਤੇ ਆਪਣੇ ਚਰਣਾ ਵਿੱਚ ਨਿਵਾਸਦੇ ਇਸ ਰਿਪੋਰਟ ਨੂੰ ਵੇਖਣ ਲਈ ਧੰਨਵਾਦ